ਉਹਦੇ ਬਾਰੇ ਚ ਨਾ ਕੋਈ ਗੁਫ਼ਤਗੂ ਨਹੀਂ ਕੀਤੀ ਹਾਂਜੀ ਇਹਨਾਂ ਉਲਟਾ ਮੇਰੇ ਤੋਂ ਸਵਾਲ ਪੁੱਛ ਲਿਆ ਵੇ ਕਿ ਜੇ ਮੈਂ ਨਬੀ ਕਰੀਮ ਸੱਲੱਲਾਹੁ ਤਾਲਾ ਅਲੈਹਿ ਵਸੱਲਮ ਨੂੰ ਮੰਨਣਾ ਵਾ ਹਾਂਜੀ ਤੇ ਕਿਆ ਮੈਂ ਮੁਸਲਮਾਨ ਨਹੀਂ ਕਲਮਾ ਪੜ੍ਹਨਾ ਵਾ ਤਾਂ ਕਿਆ ਮੈਂ ਮੁਸਲਮਾਨ ਨਹੀਂ ਹਾਂ ਤੁਸੀਂ ਕਲਮਾ ਪੜ੍ਹਦੇ ਹੋ ਨਬੀ ਪਾਕ ਨੂੰ ਮੰਨਦੇ ਹੋ ਬੇਸ਼ੱਕ ਮੁਸਲਮਾਨ ਤੁਸੀਂ ਸਹੀ ਹੈ ਲੇਕਿਨ ਤੁਸੀਂ ਆਪਣੇ ਆਪ ਨੂੰ ਮੰਨ ਲਏ ਓਨਲੀ ਮੁਸਲਮ ਭਾਈ ਜੀ ਹੌਸਲਾ ਸਬਰ ਹੌਸਲਾ ਹੌਸਲਾ ਕਰੋ ਸਰ ਹੌਸਲਾ ਕਰੋ ਕੀ ਹੋ ਗਿਆ ਜੇ ਹੌਸਲਾ ਕਰੋ ਹੌਸਲਾ ਉਹਨੂੰ ਹੌਸਲਾ ਰੱਖੋ ਅੱਛਾ ਹੁਣ ਸਾਡਾ ਤੁਹਾਡਾ ਮਸਲਾ ਇਹ ਵੇ ਕਿ ਜਿਹੜਾ ਤੁਸੀਂ ਆਉਂਦੇ ਹੋ ਓਨਲੀ ਮੁਸਲਿਮ ਇਹ ਓਨਲੀ ਮੁਸਲਿਮ ਦੀ ਟਰਮ ਜਿਹੜੀ ਹੈ ਤੁਸੀਂ ਕਿੱਥੋਂ ਲਈ ਹੈ ਓਨਲੀ ਮੁਸਲਿਮ ਦਾ ਕੀ ਮਤਲਬ ਹੈ ਕਿ ਇੱਕ ਤੇ ਤੁਸੀਂ ਜਿਹੜਾ ਵੇ ਤੁਸੀਂ ਆਪ ਇਹ ਮਤਲਬ ਨਹੀਂ ਹੁਣ ਜੇ ਤੁਸੀਂ ਜਿਹੜਾ ਨਾ ਉਹ ਬਜ਼ੁਰਗਾਂ ਦੇ ਜਿਹੜਾ ਵੇ ਇਨਕਾਰੀ ਹੋ ਤੁਸੀਂ ਕਿਸੇ ਬਜ਼ੁਰਗ ਨਹੀਂ ਮੰਨਦੇ ਮਿਰਜ਼ੇ ਦੇ ਮੁਤਾਬਕ ਹੈਂਜੀ ਤੇ ਓਨਲੀ ਮੁਸਲਿਮ ਤੇ ਇਹ ਮੇਰਾ ਇਤਰਾਜ਼ ਹੈ ਜਿੰਨੀ ਦੇਰ ਤੱਕ ਤੁਸੀਂ ਬਜ਼ੁਰਗਾਂ ਨੂੰ ਨਹੀਂ ਮੰਨਣਾ ਤੁਸੀਂ ਨਬੀ ਪਾਕ ਦੀ ਜ਼ਾਤੇ ਮੁਬਾਰਕਾ ਦਾ ਤੁਹਾਨੂੰ ਪਤਾ ਲੱਗ ਹੀ ਨਹੀਂ ਸਕਦਾ ਤੁਸੀਂ ਫਿਰ ਆਪਣੇ ਆਪ ਓਨਲੀ ਮੁਸਲਿਮ ਤੇ ਬਜ਼ੁਰਗਾਂ ਤੋਂ ਦੂਰ ਹੋਣ ਵਾਲਾ ਕਿੰਜ ਬੋਲ ਸਕਦੇ ਹੋ ਤੁਸੀਂ ਸਾਬਤ ਕਰਨਾ ਮੈਂ ਫਿਰ ਸਵਾਲ ਪੁੱਛਣਾ ਪਿਆ ਮੈਂ ਗੱਲ ਮੇਰਾ ਸਵਾਲ ਸੁਣ ਲਓ ਭਾਈ ਜਾਨ ਸਬਰ ਕਰ ਜੋ ਤੁਸੀਂ ਮੈਨੂੰ ਆਪ ਆ ਕੇ ਬੋਲ ਮੈਂ ਤਾਂ ਬੋਲਿਆ ਤੁਹਾਨੂੰ ਮੈਂ ਫਿਰ ਪੁੱਛਾਂਗਾ ਕਿ ਬਜ਼ੁਰਗਾਂ ਨੇ ਦੀਨ ਨੂੰ ਇਸਲਾਮ ਵਿੱਚ ਲਿਆਉਣ ਤੋਂ ਬਗੈਰ ਤੁਹਾਡਾ ਨਬੀ ਪਾਕ ਨਾਲ ਡਾਇਰੈਕਟ ਕਿਆ ਜਿਹੜਾ ਰਾਬਤਾ ਹੈ ਵਿੱਚ ਤੁਸੀਂ ਕਲਮਾ ਲਿਆ ਹੈਂਜੀ ਤੇ ਤੁਸੀਂ ਆਪਣਾ ਕਲਮਾ ਸਾਬਤ ਕਰ ਰਹੇ ਕਿ ਵਾਕਈ ਇਸ ਚੀਜ਼ ਦਾ ਨਾ ਕਲਮਾ ਵਿੱਚ ਬਜ਼ੁਰਗਾਂ ਨੂੰ ਲਿਆਉਣ ਤੋਂ ਬਗੈਰ ਚਲੋ ਮੈਂ ਚੁੱਪ ਦੇਖੋ ਮਾਸ਼ਾਅੱਲਾ ਇਹ ਤੁਹਾਡਾ ਸਵਾਲ ਨਹੀਂ ਹੈ ਜੀ ਇਹ ਤੁਹਾਡੀ ਜੈਲਸੀ ਜਿਹੜੀ ਅੰਦਰ ਹੁੰਦੀ ਨਾ ਬੰਦੇ ਦੇ ਇੱਕ ਇਹ ਹੋਏ ਜਿਹੜੀ ਹਕੀਕਤ ਗੱਲ ਹੈ ਨਾ ਜਿਸ ਟਾਈਮ ਕੋਈ ਬੰਦਾ ਓਨਲੀ ਮੁਸਲਿਮ ਆਖਦਾ ਨਾ ਉਹ ਤੁਹਾਨੂੰ ਜਵਾਬ ਦੇਣ ਵਾਸਤੇ ਆਖਦਾ ਤੁਸੀਂ ਪੁੱਛਦੇ ਹੋ ਤੇਰਾ ਕਿਹੜਾ ਫਿਰਕਾ ਹੈ ਤੇ ਮੈਂ ਕਹਿੰਦਾ ਯਾਰਾ ਮੈਂ ਸਿਰਫ ਮੁਸਲਮਾਨ ਹਾਂ ਨਬੀ ਪਾਕ ਨੂੰ ਮੰਨਣ ਵਾਲਾ ਤੁਸੀਂ ਫਿਰ ਨਹੀਂ ਉਹ ਮੰਨਦੇ ਫਿਰ ਮੈਂ ਕਹਿੰਦਾ ਯਾਰਾ ਮੈਂ ਸਿਰਫ ਮੁਸਲਮਾਨ ਗੱਲ ਇੱਥੇ ਮੁੱਕ ਜਾਂਦੀ ਖਤਮ ਹੋ ਜਾਂਦੀ ਹੁਣ ਅੱਗੋਂ ਆ ਗਏ ਬਜ਼ੁਰਗ ਬਾਬੇ ਜੇ ਅਗਰ ਮਤਲਬ ਹੈ ਕਿ ਦੀਨ ਉਹਨਾਂ ਦੇ ਮਨਹਾਜੇ ਤੁਸੀਂ ਆਖਦੇ ਉਹਨਾਂ ਦੇ ਜ਼ਰੀਏ ਪਹੁੰਚਿਆ ਤੁਹਾਡੇ ਤੱਕ ਬਿਲਕੁਲ ਅਸਾਂ ਮੰਨਦੇ ਹਾਂ ਇਮਾਮ ਬੁਖਾਰੀ ਇਮਾਮ ਮੁਸਲਿਮ ਸਾਡੇ ਅੱਖਾਂ ਦੇ ਨੂਰ ਸਾਡੇ ਸਿਰਾਂ ਦੇ ਤਾਜ ਇਸ ਤੋਂ ਅੱਗੇ ਜੇਕਰ ਤੁਸੀਂ ਆਖਦੇ ਹੋ ਮਤਲਬ ਹੈ ਕਿ ਸਾਡੇ ਉਹ ਜਿਹੜੇ ਗੁਮਰਾਹ ਬਾਬੇ ਇਹ ਜਿਹੜੇ ਸੂਫੀਜ਼ਮ ਫਲਾ ਕੇ ਟੁਰ ਗਏ ਉਹਨਾਂ ਨੂੰ ਵੀ ਮੰਨੋ ਤੇ ਭਾਈ ਉਹਨਾਂ ਦੀ ਕੋਈ ਹੁਜਤ ਨਹੀਂ ਸਾਡੇ ਤੇ ਅਸਾਂ ਇਮਾਮ ਬੁਖਾਰੀ ਦੇ ਇੱਥੋਂ ਤੱਕ ਮੰਨੇ ਹਾਂ ਕਿ ਉਹਨਾਂ ਨੇ ਇਹਸਾਨ ਕੀਤਾ ਸਾਡੇ 'ਤੇ ਇਮਾਮ ਮੁਸਲਿਮ ਨੇ ਇਹਸਾਨ ਕੀਤਾ ਕਿ ਉਹ ਨਬੀ ਪਾਕ ਦੀਆਂ ਹਦੀਸਾਂ ਲਿਖ ਕੇ ਦੇ ਗਏ ਸਾਨੂੰ ਤੇ ਦੂਸਰੇ ਇਮਾਮ ਨੇ ਉਹ ਸਾਡੇ 'ਤੇ ਪਹੁੰਚਾ ਗਏ ਇਹ ਇੱਥੋਂ ਤੱਕ ਅਸਾਂ ਮੰਨੇ ਹਾਂ ਇਸ ਤੋਂ ਇਲਾਵਾ ਅਗਰ ਤੁਸੀਂ ਆਖੋ ਕਿ ਉਹ ਕੋਈ ਆਪਣੀ ਗੱਲ ਸਾਨੂੰ ਦੇਣ ਅਤੇ ਉਹਨਾਂ ਦੀ ਆਪਣੀ ਗੱਲ ਉੱਜੇ 'ਤੇ ਸਾਡੇ 'ਤੇ ਉਹ ਕੋਈ ਨਹੀਂ ਆਪਣੀ ਉਹ ਗੱਲ ਕੋਈ ਨਹੀਂ ਦੇਖ ਗਏ ਉਹ ਰਸੂਲ ਅੱਲਾਹ ਦੀਆਂ ਗੱਲਾਂ ਹੀ ਸਾਡੇ 'ਤੇ ਪਹੁੰਚਾ ਗਏ ਨੇ ਅਤੇ ਉਹ ਹੀ ਉੱਜਤ ਨੇ ਅਤੇ ਹੁਣ ਅਗਲਾ ਸਵਾਲ ਕਰੋ ਲਓ ਜੀ ਤੁਸੀਂ ਸਾਰਿਆਂ ਨੇ ਸੁਣ ਲਿਆ ਵੇ ਕਿ ਇਹਨਾਂ ਹਾਲੇ ਤੱਕ ਵਿੱਚ ਸਾਡੇ ਬਜ਼ੁਰਗਾਂ ਨੂੰ ਪਾਉਣ ਤੋਂ ਬਗੈਰ ਆਪਣਾ ਅਕਲਮਾ ਸਾਬਤ ਨਹੀਂ ਕੀਤਾ ਤੇ ਨਾ ਇਹਨਾਂ ਕੋਲ ਹੋ ਸਕਦਾ ਉਹ ਕਿਹੜੇ ਬਜ਼ੁਰਗ ਨੇ ਤੁਹਾਡੇ ਜਰਾ ਸਬਰ ਕਰ ਲੈ ਨਾ ਹੁਣ ਕੀ ਆ ਪੀੜ ਹੁੰਦੀ ਪਈ ਆ ਸਬਰ ਕਰ ਜੇ ਜਦੋਂ ਮੈਨੂੰ ਆਨੇ ਵਿੱਚ ਬੋਲ ਲੈ ਆਪ ਕੋ ਬੋਲ ਲੈ ਤੂੰ ਵਿੱਚ ਸਬਰ 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 ਮੁਸਲਮਾਨ ਮੈਂ ਸਬਰ ਬਣੀ ਵੱਡੀ ਆ ਵੇ ਸਬਰ ਸਬਰ ਅੱਛਾ ਉਹ ਤੋਂ ਬਾਅਦ ਝੂਠ ਇਹਨਾਂ ਬੋਲਿਆ ਵੇ ਹੈ ਜੀ ਕਿਉਂਕਿ ਮੈਂ ਮਿਰਜ਼ਾ ਵਿੱਚ ਲੈ ਕੇ ਆਵਾਂਗਾ ਮਿਰਜ਼ਾ ਇੰਜੀਨੀਅਰ ਤੇ ਆਂਦਾ ਵੇ ਸਾਡੇ ਤੇ ਨਬੀ ਪਾਕ ਦਾ ਕੋਈ ਇਨਸਾਨ ਹੈ ਹੀ ਨਹੀਂ ਤੇ ਇਮਾਮ ਬੁਖਾਰੀ ਤੇ ਇਮਾਮ ਮੁਸਲਿਮ ਦਾ ਜਿਹੜਾ ਉਹਨਾਂ ਹਦੀਸਾਂ ਲਈਆਂ ਸਾਡੇ ਤੇ ਇਹਸਾਨ ਕੀਤਾ ਤੁਹਾਡਾ ਉਸਤਾਦ ਆਂਦਾ ਉਹਨਾਂ ਦਾ ਕੋਈ ਇਹਸਾਨ ਸਾਡੇ ਤੇ ਹੈ ਹੀ ਨਹੀਂ ਉਹ ਤੇ ਨਬੀ ਪਾਕ ਦੇ ਇਹਸਾਨ ਦਾ ਇਨਕਾਰੀ ਹੈ ਤੁਸਾਂ ਜਨਾਬ ਕਿੱਥੋਂ ਲੈ ਲਿਆ ਇਮਾਮ ਮੁਸਲਿਮ ਤੇ ਇਮਾਮ ਬੁਖਾਰੀ ਦਾ ਇਹਸਾਨ ਜੀ ਇਹ ਦੋਵੇਂ ਸਵਾਲ ਮੇਰੇ ਬਰਕਰਾਰ ਨੇ ਇਮਾਮ ਮੁਸਲਿਮ ਤੇ ਇਮਾਮ ਬੁਖਾਰੀ ਜਿਹੜੇ ਨੇ ਇਮਾਮ ਬੁਖਾਰੀ ਤੇ ਇਮਾਮ ਮੁਸਲਿਮ ਤੋਂ ਪਹਿਲੇ
300 साल तक जिहड़ा वे ना वो उम्मत कहड़े इमाम दे सहारे सी वह भी दस दियो जरा ना, क्योंकि इमाम बुखारी ते माशाल्लाह इमाम मुस्लिम तो 250 साल बाद आए ने, ओ पौने सारे 300 साल जिहड़े बाद आए ने। बाबे ने ओ सारे नहीं, साडे एक बाबे मिनट ने। हारजो, एक मिनट हारजो देखो जरा, ना एक ना सवाल तुसा ऐड, अबू हसन साहब गल तुसा बहुत गलत कर रहे सवाल हो एक ऐड, मेरा सवाल ते सख्त होने कि सन ना, सवाल मेरा ये वे मेरे सवाल एक मिनट मेरे एक सवाल मिनट जरा मनु थोड़े सख्त होने सन, मैं सिर्फ तुहानू इन्ना पुछना वे कि ए दे नाल कासम भाई दे सवाल दे नाल एक सवाल ऐड कर लो कि जेडे पहले पौने 300 साल तक उम्मत इमाम बुखारी ते इमाम मुस्लिम तो बगैर हदीसा कितों लैंदी रही, ऐ दा जवाब देना जी। ठीक है जी, चलो जी। अच्छा जी, जे ते तुसा पहले 300 साल विचो दरबार साबित कर दियो, दरबारां कोलों मंगना साबित कर दियो, कबरां कोलों मंगना साबित कर दियो, कबरां ते ढोल टप्पे पाने साबित कर दियो, ते मैं तुहानूं बाकी चीज़ां भी साबित करांगा। गल ते ए वे के सवाल मेरा ए वे भाई, जेड़ा बंदा कबरां कोलों मंगदा है ना वो ते काफर हैगा, वे जेड़ा कबरां कोलों मंगदा है, जेड़ा कबरां कोलों मंगदा है काफर है, जेड़ा ढोल ढमके करदा वे वो गुमराह हैगा वे। चलो अगली गल करो, चलो शाबाश। ते किन्ने को से धरने देंदे हो जाके ढोल ढमके वाले दे बाहर इत्थे जे बैठे हो फूड़ी पा के, मैं साडे फिरके दा कख नहीं छड्या इंजीनियर ने, ते उहनां दी किन्नी को असीं रिपोर्ट मार केड़े दिंदे ले, हो असीं केड़े ले इह केड़े ले साडी जुबान तों सुणिआ कि उहने साडे फिरके दा कुछ नहीं छड्या, केड़े ले सुणिआ जी? बिल्कुल ऐ तुसां फूड़ी पा के केड़े बैठे ले नहीं हुंदे सुणिआ जी इंजीनियर भाई, रिपोर्ट केड़े मार ले बैठे नहीं सुणिआ जी हुंदे भाई, ये केड़े ले सुनना सुनिया जी? चाहता तो इंजीनियर है आखदा इंजीनियर बिल्कुल गलत बयानी कर दे, भाई असी गलत ते वीडियो चलांदे हो। फिरके दी गल ही अच्छा नहीं कीती, मैनू ये असी ते गल दसो करने आ। अबू हसन साहब, अच्छा तुहाडा नाम गल की है? लगानी फलस्तीन साहब, तुहाडा गल नाम आती की रहनी है? है इसमें ग्रामी की है अपना, इसमें अख्तर, ग्रामी की है? अख्तर, अख्तर नाम। अच्छा अख्तर भाई, मैनू ये गल दसो देखो कि मैं कदों ते अजे तुसा तुहाडे कोलों ना, बाबे मैं ते कदों तुहाडे देखे कोलों उठे अजे, दरबार कदों टंगे उठे, मैं ते और मैं ढोलाले ते कदों तुहाडे कोलों टंगे उठे, उठे ना, और नहीं समझ ढोलाले की कदों पुछा टंगे थे। तुसा ओ एक मिनट, हौसला रख ले फ्री प्रस्तेन नु, हौसला तुसी ना रख ले एक मिनु गल ना करके बोलदा रहो, खामोश जरा हो जाया ऑफर करो, कर देंगे फिर मैं ऑफर कर सवाल देंगे, करके सवाल सवाल करके खामोश हो जाया करो, फिर जो जवाब दे लिया करो। ठीक अबू हसन देखो साहब, तुहाडे मैनू ये कोलों ना गल एडा दसो, सोहणा सवाल मेरा कासम भाई सवाल ने तो तुहानूं है नहीं पुछया है, तुहाडा बच्चा अगर पुछदा है, मतलब तुहाडा बच्चा जी जवान हुंदा है, तुहाडा बच्चा जी पुछदा जी कि अबू जी ए दीन इस्लाम साडे तक कियों पहुंचया, तुसीं कहोगे इमाम बुखारी दे जरिए साडे तक पहुंचया, इमाम मुस्लिम दे जरिए साडे तक पहुंचया, उह तुहाडा बच्चा पुछेगा अबू जी ए इमाम मुस्लिम ते इमाम बुखारी कौन सन, ए की तुहाडे हमसाए सन, तुहानू बुखारी ते मुस्लिम दे के तुहाडे हथ फड़ा गए सन, की जवाब दोगे उहनां नूं? किताब लिख के दे जी दिए सन, उहनां दी किताबां मौजूद है, मैं उही ते तुहानू पुछिया ना कि इमाम बुखारी मैं इमाम काफी मुस्लिम रहने दो, किताब किताबां लिख लिखी के। होंगी भाई गल ते सुन लो पूरी, गल नहीं सुननी जी 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 इमाम मुस्लिम इमाम बुखारी कोई है सन, कोई बंदे है सन, उन्होंने कोई किताब लिखी सी, ए तुहानू किसना पता लगा है, किसना तुहानू पता लगा है कि बुखारी दी हदीसां सही है ने, मुस्लिम दी हदीसां सही है ने, इमाम मुस्लिम भी कोई है सन, इमाम बुखारी भी कोई है सन, ए तुहानू किंज पता लगा, तुहाडा बच्चा तुहानू पुछेगा नहीं? जी जी पुछेगा, जरूर पुछेगा। हाँ दसो ना, दसो क्योंकि किताबां लिख के गए सी, उन्होंने किताबां दी तहकीक कीती। फिर ओही गल यार, फिर ओही गल, किताबां दी तहकीक कीती है ना, और मेरा भाई वो तुहानू दस्या किन्ने वे, किंज तुहानू पता लगा है, किंज पता लगा है, ऐ पुछना पिया, किन्ने दस्या हुण मतलब है कि जेड़े बंदे दसो ना, तुसी मैनू तुसी दसना ना, मन्नो ऐ गल दा जवाब तुसा मैनू देना, मैं तुहानू सवाल पुछण डया, तुसी उल्टा मैनू सवाल करण डे। मैं दस रहना जनाब, मैं दस रहना। अब देखो इमाम बुखारी ते इमाम मुस्लिम अपनी किताब लिख के उम्मत नू दे गए, ओ किताब मौजूद है अपनी ओरिजिनल हालत च, उन बाबे देख गए सानू किताबां, ਇਹ ਤੁਹਾਡੇ ਬਾਬੇ ਨਹੀਂ ਦੇਖਦੇ ਉਹ? ਨਹੀਂ ਯਾਰ ਮੈਂ ਨਹੀਂ ਪੁੱਛਿਆ ਤੁਹਾਨੂੰ, ਉਹ ਮੈਂ ਨਹੀਂ ਪੁੱਛਿਆ, ਸਰਕਾਰ ਨੇ ਪੁੱਛਿਆ। ਅਬੂ ਹਸਨ ਸਾਹਿਬ ਗਲਤ ਕਰ ਲੈਂਦੇ ਹੋ ਨਾ, ਸਬਰ ਤੇ ਕਰੋ ਨਾ, ਸਾਲੋ ਸਾਲੋ ਪਾਣੀ ਪੀ ਲਓ। ਦੇਖੋ ਉਹ ਕਿਤਾਬਾਂ, ਉਹ ਕਿਤਾਬਾਂ ਯਾਰ ਇੱਕ 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 ਚਿਪਸ ਦਾ ਪੈਕਟ, ਇੱਕ ਚਿਪਸ ਦਾ ਪੈਕਟ ਤੇ ਇੱਕ ਬੋਤਲ ਲੈ ਕੇ ਆਈ, ਇੱਕ ਚਿਪਸ ਦਾ ਪੈਕਟ ਤੇ ਇੱਕ ਬੋਤਲ ਲੈ ਕੇ ਆਈ। ਹਾਂ ਜੀ ਬੋਲੋ ਬੋਲੋ ਫਲਸਤੀਨ ਭਾਈ ਬੋਲੋ। ਦੇਖੋ ਦੇਖੋ ਹੁਣ ਤੁਹਾਡਿਆਂ ਬਾਬਿਆਂ ਕੋਲ ਉਹਨਾਂ ਦਾ ਤਰਜਮਾ ਵੀ ਨਹੀਂ ਹੋਇਆ, ਇਹਦੇ ਬਾ ਇਹਦੇ ਇਹਦੇ ਆ ਫਟਾਫਟ ਲੈ ਕੇ ਪੁੱਤਰ, ਉਹ ਨਾ ਇੱਕ ਚਿਪਸ ਦੀ, ਇੱਕ ਚਿਪਸ ਦਾ ਪੈਕਟ ਤੇ ਇੱਕ ਬੋਤਲ ਲੈ ਕੇ ਫਟਾਫਟ। ਕਹਾਣੀਆਂ ਵਾਲੀਆਂ ਕਿਤਾਬਾਂ ਜਿਹਦੇ ਜੀ ਜੀ ਡੀਜੇ ਭਾਈ, ਭਾਈ ਬੋਲੋ ਜਰਾ ਗੱਲ, ਇੱਕ ਵੇ ਫਲਸਤੀਨ ਭਾਈ, ਡੀਜੇ ਭਾਈ ਬੋਲੋ, ਤੁਸੀਂ ਗੱਲ ਪੂਰੀ ਕਰ ਲੈਂਦੋ, ਸਰਕਾਰ ਸੁਣ ਲਓ ਯਾਰ, ਕਹਾਣੀਆਂ ਸੁਣਾਉਂਦੇ ਪਿਓ ਨਾ, ਕੋਈ ਕੋਈ ਹਵਾਲੇ ਨਾਲ ਗੱਲ ਨਹੀਂ ਤੁਸੀਂ ਕੀਤੀ ਹਾਲ ਤੱਕ ਭਾਈ ਜਾਨ, ਕਹਾਣੀਆਂ ਸੁਣਾਉਂਦੇ ਪਿਓ ਬੋਲਣ ਦਿਓ, ਬਸ ਭਾਈ ਗੱਲ ਕਰੋ, ਬਸ ਭਾਈ ਬੋਲਣ ਦਿਓ, ਕੋਈ ਗੱਲ ਬਸ ਭਾਈ ਬੋਲਣ ਦਿਓ, ਕੋਈ ਗੱਲ ਕਰਨ ਦਿਓ, ਫਿਰ ਮੈਂ ਆ ਚੁੱਕਾ ਰਹਾਂ।
कोई कोई नहीं अख्तर होंदा भाई जे बोलो। इमाम बैठे ने अबू हसन साहब जवाब दे लैन दे तगड़े बंदे ने कोई नहीं होंदा। अच्छा सवाल तो मेरा ये सी किनू है सही है। अच्छा, फलिस्तीन भाई जल्दी फिर, पता कि वो माशाल्लाह पेप्सी दे बोतल मंगाई है, मैं किधरे मुक ना जाए जी। जनाब एक और मंगा लियो कोई नहीं होंगे इतना ही है। अच्छा सवाल तो मेरा ये सी जो ओरिजिनल सवाल सी कि मतलब है कि इमाम बुखारी तो इमाम मुस्लिम तो लिख के किताबा दे गए साड़ी उम्मत, हूँ बर्रे सगीरी से जी उम्मत है वो जबान तो उस उन्होंने किताबा की जबान नहीं है, इन्होंने किताबों का तर्जमा तो होया आके 1920-30। इस तो पहला जो बुजुर्ग गुजरे ने वो बड़े औलिया अल्लाह से तो उन्होंने इन्हों का तर्जमा भी नहीं किया। हूँ मेरे बच्चा जो मेरे को सवाल पूछे भाई भाई ये जड़े बाबे हैं इन्होंने तो बड़ी बड़ा मरतबा दे रहे थे औलिया अल्लाह है तो जड़िया इन्होंने किताबा लिखिया ने उन्होंने तो बजाय इमाम बुखारी तो इमाम मुस्लिम हदीसा लिखन दे ये लिख गए ने चिश्ती रसूल्ला ये लिख गए ने रसूल्ला दियां इल्ज़ाम लाया गया गुस्ताही गुस्ताही की गई रसूल्ला दी कि किताब कशफुल महजूब रसूल्ला दी ज़ात ते इल्ज़ाम लगाया गया एक स्कैंडल लिखा गया रसूल्ला दा कशफुल महजूब भाई मेरा बच्चा मेरे को पूछे वाह ए लिख के दे गए इन्हों बुजुर्गों की भाई अबू एक हसन साहब गल कर रहे किताब हैं का मेरे को नाम नहीं लिया गल कि करन मेरे दियो घर गल गए करन ने दियो गल सानू करन दियो अबू हसन यार, साहब इन्हों इन्हों गल करन दियो अबू यार, हसन गल साहब करन इन्हों दियो बुजुर्गों का ने। पूछ रहे हो अबू हसन साहब इन्हों बुजुर्गों का पूछ रहे हो भाई ए दीन दे गए सानू बुजुर्ग इन्हों ने दीन तुसी देना गल है सानू। मुकम्मल जदों गल मुकम्मल कर मेरी लोगे ना तो मुकम्मल मैनू हो गई दस ना दियो कि मैं गल मेरी मुकम्मल मुकम्मल कर हो लूं। गई मेरा यह सवाल है मेरा मुकम्मल अच्छा हो गया। अच्छा मेरी गल सुनो देखो मेरी गल सुनो जिहड़ा सवाल तुहानूं असीं पुछिआ सी ना उदों तुसीं टच ही नहीं कीता हुण तुहां टच ही नहीं कीता बिल्कुल तुसां उहनूं हथ लाना भी पसंद नहीं कीता। बई सवाल तो तुहाडे नाल इह कीता सी मोहतरम कि बुखारी ते मुस्लिम ओथेंटिक किताबां ने तुहानूं किहने दस्सिआ है यह तुहानूं कौन दस गया है तुहानूं किंज पता लगा कि ओथेंटिक किताबां हैगियां ने इहदे अंदर जिहड़ियां हदीसां लिखी दियां ने ओथेंटिक हैगियां ने यह तुहानूं किहने दस्सिआ है क्या मिर्ज़ा इंजीनियर ने दस्सिआ। मैं तो तुहानूं सवाल यह कीता सी कशफुल महजूब फलानी किताब फलाना बाबा उन्होंने तर्जमा क्यों नहीं किया उन्हें इंज क्यों नहीं किया मैं तो तुहानूं यह सवाल पूछे ही नहीं। जदों यह मौजू होएगा ना जदों यह मौजू होएगा तो आइयो तुहानूं मैं सारे जवाब ही देंगा कशफुल महजूब का भी जवाब देंगा तुहानूं मैं अल्लाह के हुक्म के नाल। असी इत्थे कोई वो मिर्जा जूरी आर आर अपने बिल अपने खुड़ चु वड़ के ना तो असी ताला नहीं मारिया था साढ़े उलमा ने जवाब दिते थे भी नहीं तो असी भी जवाब देने अलहमदुल्ला तुम आते ही नहीं। असं तो रोजाना अच्छा कहने अबू हैं हसन कि यार साहब अपनी खुड़ा च वड़ गए हो अपनी खुड़ा चु अबू बाहर हसन साहब निकलो। एक एक सवाल और ऐड कर लो मेरा छोटा जा कि नहीं तुसा पहले कशफुल नंबर से तुम महजूब मैं दी दसो इस इबारत कि नूं डिफाइन कर रहे हो। बे बई गल इस तरह में कि जिस चीज़ को तुम गुस्ताही कहते पे हो तुहाडी तुहाडे कोल की इख्तियार है कि तुम इन्हों गुस्ताही कहते पे हो तुहाडे कोल की इख्तियार है दसो मैनू। गुस्सा ही नहीं तो और के बई कोई उम्मत के अंदर रसूल्ला होर दी भी तो किताब गुजरिया च है नहीं कि कीती हुई है नहीं कि मेरी तुम गल सिर्फ सुनो उम्मत च गुजरे हो मेरी तुहानू ही गल पता सुनो। लगा तुहाडे ते इलाम होया वे कि गुस्ताही है। हाँ जी हाँ जी मेरी गल सुनो मेरे को अल्लाह ने अकल दिती अच्छा है आसिफ आसिफ मैं भाई और ये इबारत लिखी है मैं तुम्हारे यार फलिस्तीन मौजू पे होर ना पासे टुट जाना वे अख्तर मौजू भाई होर पासे टुट जान जाना दो वे ना मनु जान ते दो ऐ क्योंकि चाहिदा क्योंकि वे फायदा मनु ते ऐ तो दसना वे इन्हां जेड़ी ने तुसा जेड़ी अख्तर तुसा भाई जेड़ी ने इबादत करना चाहते हो ना हो गया अख्तर बाबे भाई ने ने कोई नहीं मनु ऐ तर्जमा दसना किया कितने है किताब का अज अख्तर भाई सानू ऐ दस के जानगे कि इन्हां नू किसना पता लगा कि बुखारी ते मुस्लिम च जिहड़ियां हदीसां लिखी दियां ने वो ओथेंटिक हदीसां ने वो बिल्कुल सही हदीसां ने ओहदे अंदर जो कुछ लिखिया था वह नबी अलैहिस्सलाम दा कलाम है उन्हां दी हदीसां ने ए चीजा सारिया ते ओही ए तो आखिया किताबा ना जिहड़ियां इस तरह इमाम मौजूद बुखारी तो ने इमाम मुस्लिम ए ने इमाम सब कुछ बुखारी आखिया दी ना ही लिखी दी किताब है ए इन्हां नू किहने दस्सिया है क्या इमाम बुखारी ने बुखारी अपने हथी लिखी है क्या इमाम मुस्लिम ने जे मुस्लिम शरीफ लिखी है क्या अपनी हथी लिखी है जी ए बिल्कुल सारिया गल्लां का इमाम जवाब मुस्लिम ने अज तू अपने दे हथी के लिखी जानगे किताब अबू हसन साहब ते सुनो मेरी गल उम्मत जिहड़ी है सुनो मेरी ना गल अज ओहदा बड़ा बड़ा अहम अज असीं मोड़ ते आ गए हां क्योंकि अज सानू अख्तर भाई साडे इलम च इजाफा करनगे सानू अज सारे सवालों का जवाब दे के जाएंगे क्योंकि सानू इन्हां सवालों के जवाब नहीं आते सानू अज दस के जानगे। क्योंकि जी अख्तर साहब क्योंकि मैं माइक बंद कर लवां क्योंकि जी। क्योंकि बरेलवियत फिरका एक कच्ची कच्ची दीवार ते खलती है तुसा ते गल नहीं कर सकते इस वास्ते तुसा इमाम बुखारी ते इमाम मुस्लिम विच लैके आए। मैं ते उन्हां नू अपना बाबा मनना मैं उन्हां नू बड़ी इज्जत दी जगह ते रखना रहना और रही गल वा दस्या किन्ने वे ते किताबां इमाम बुखारी इमाम मुस्लिम लिख गए ने उहदे जो संदा लिख गए ने वो खुद दस के गए वा ए ठीक ने। जे अगर तुसा समझदे हो कोई हदीस बुखारी और मुस्लिम की नहीं ठीक जी वो मरफू रवायत आई नहीं ठीक तो तुसा लियाओ पेश करो
चेक कर लाते जनाब, अज भी साढ़े को तरीका चेक कर पिछले तकरीबन 1100-1200 साल तो उम्मत चेक कर रही है। इमाम मुस्लिम मुकदमा लिख के टुर गए ने अपनी किताब पर, लिख के उन्होंने दिता है यह तरीका चेक कर। रही गल बरेलवीयत की, बरेलवीयत दीन की कोई खिदमत नहीं की। बरेलवीयत ने सिर्फ सूफीजम के नाँ पर दीन त्रोड़िया, दीन के गुमराही नवीं नवी बितों का याद किया, और कोई बरेलवीयत का जोड़ा एहसान है उम्मत कोई नहीं। अज तुसा इतने बैठे हो डिफेंड कर रहे हो इंजीनियर की फोटो ला के, इंजीनियर इंजीनियर ने यार स्टोरियां ना सुनाओ कोई लिमिट गुद को करो जनाब, स्टोरियां यार रिकॉर्डिंग हो रही है अपना कासिम भाई, रिकॉर्डिंग हो रही है करण दे बाद फिर के रिकॉर्डिंग हो रही है कासिम भाई। देखो ए रिकॉर्डिंग जिस टाइम टिकटॉक के ऊपर ते यूट्यूब के ऊपर चढ़ेगी ना, मेरा जवाब तो पूरा लेन दो ना अख्तर भाई, मेरा जवाब अख्तर भाई देखो मैं तुम्हें फिर मौका देना, मैं तुम्हें फिर मौका देना, मैं थोड़ा माइक नहीं बंद करांगा ना, मैं तुम थले लावांगा, मैं तुम्हें दोबारा मौका देंगा। देखो इतने मौजू जो है ना कि बरेलवियत ने की खिदमत की है, सूफीजम ने की खिदमत की है, मैं वह जवाब भी तुम्हें देंगा। कशफुल महजूब जिस दिन मौजू होएगा ना, मैं तुम्हें कशफुल महजूब का भी तुम्हें जवाब देंगा। मैं तुम्हें सिर्फ यह पूछा वे कि बई बुखारी तो मुस्लिम यह जिहड़ियां किताबां ने तुम्हें किंज पता लगा कि इमाम मुस्लिम कौन ने, इमाम बुखारी कौन ने, इन्होंने जी किताब हदीसा की लिखी है यह तुम्हें किने दसाया कि हदीसा नबी अलैहि सलाम दीआं हदीसा ने, यह तुम्हें किने दसाया कि इहदे अंदर जिहड़ियां हदीसा लिखी दीआं ने ऑथेंटिक हैगीआं ने, यह तुम्हें किंज पता लगा है? तुसीं उह दसण ही नहीं दे तरीका तरीका सानू दसो यार, सानू आवाम नूं दसो कुछ। जी मैं दसदा हां, इमाम मुस्लिम अपने मुकदमे च लिख के गए ने कि भाई मैं तुहानूं इह नहीं पुछिआ इमाम मुस्लिम ने अपने मुकदमे च की लिखिआ, मैं तुहानूं इह पुछिआ ही नहीं। मुकदमे ते जिहड़ी हदीस सही आवेगी उह ठीक है, जिहड़ी नहीं है मैं तुहानूं नहीं, मैं तुहानूं इह नहीं पुछिआ मोहतरम। अच्छा हुण गल लगा, अल्लाह दे बंदेओ गल सुनो, मेरा सवाल जरा गौर नाल सुनो, मैं तुहानूं बुखारी मुस्लिम च की लिखिआ दा, बुखारी मुस्लिम च की लिखिआ दा नहीं, मैं तुहानूं इह पुछिआ ही नहीं, मेरा सवाल है ही नहीं। नहीं नहीं तुसीं जवाब बिलकुल उहदे अकॉर्डिंग नहीं दित्ता, मैं ते तुहानूं इह पुछिआ कासम भाई ने सवाल पूछा सी ना, मैं तुहानूं कहा सी मैं तुहाडे कोल अज तू सख्त सवाल पूछांगा, तुहाडे कोल कलमे का जवाब नहीं दिता गया। फिर मैं तुहानूं पूछा कि बुखारी मुस्लिम जिहड़ियां किताबां ने यह तुम किने दसिया कि किताबा ऑथेंटिक है ने, ये अंदर जी हदीसा लिखी दी ने वाकई नबी अल इस्लाम ददीसा ने, तुम किने दसिया तुम वह जवाब गोल कर गए, कलमे का जवाब तुम गोल कर गए, बई हर चीज़ का जवाब तुम गोल करोगे तो इस तरह उम्मत किस तरह थोड़े तो ट्रस्ट करेगी, क्योंकि तुम तो दाई है इस चीज़ के कि असी फिरक दुकाना बंद कर दी, डैमेज असी डन कर दिता है, तो जो असी थोड़े को सवाल पूछने तो तुम अगो कहते हो यार तुम अपना जरा वे चवला मार दे पे। मिर्जा इंजीनियर ने एक मुंडे ने सवाल पूछा ना, तो उन्होंने अगू कहता कहता तू अपनी परची से सारिया चवला लिख के लिया, बंदा पूछे तेरे को सवाल उन्हें पूछा उन्हें कहड़ा तेरे गुरदे मंग लेने तेरे को जरा तू उन्होंने कहना तू चवला लिख के लिया अपनी परची के उत्ते अखलाक ही तुहाडे कोलों भी असं पूछने मोहतरम कलमा ला इलाह इल्लल्लाह मुहम्मद रसूलल्लाह इन्ना ही सीगिया के नाल इन्ना ही जेरो जबर के नाल इन्ना ही अल्फाजा के नाल कलमा दसो कितों लिया जे ਕਿਹੜੀ ਹਦੀਸ ਤੋਂ ਲਿਆ ਜੇ ਕਿਹੜੀ ਕੁਰਾਨ ਦੀ ਆਇਤ ਤੋਂ ਲਿਆ ਜੇ ਤੁਹਾਨੂੰ ਸਵਾਲ ਪੁੱਛਿਆ ਉਹਨਾਂ ਨੇ ਕਾਸਮ ਭਾਈ ਨੇ ਤੁਸੀਂ ਗੋਲ ਕਰਕੇ ਸਵਾਲ ਮਾਸ਼ਾਅੱਲਾ ਬੜੀ ਇਲਮੀ ਗੁਫ਼ਤਗੂ ਕਰ ਰਹੇ ਹੋ ਤੁਸੀਂ ਮੈਂ ਤੁਹਾਨੂੰ 2-3 ਦਫਾ ਜਵਾਬ ਦੇ ਚੁੱਕਿਆ ਕਿ ਪਹਿਲੇ ਨੰਬਰ 'ਤੇ ਇਜਮਾਏ ਉਮਤ ਤਵਾਤਰ ਨਾਲ ਇਹ ਚੀਜ਼ ਨਕਲ ਕਰਦੀ ਆਈ ਹੈ ਇਹ ਚੀਜ਼ਾਂ ਨਕਲ ਹੁੰਦੀਆਂ ਆਈਆਂ ਨੇ ਉਮਤ ਦੇ ਥਰੂ अख्तर भाई ना तुहाडा पाला किसे होर ना पिया अज अल्लाह दे बंदे हो तुहाडा पाला अज किसे होर ना पै गया तुसीं ते मेरे टिके चढ़दे नहीं मैं ते कहना वा कि यार कोई इंजीनियर मिलदा दा कोई इलमी किताबी बंदा मेरे टिके चढ़े मैं ते पिछले 1 साल तों मेरे मैं ना अख्तर भाई मैं कोई गालम गलोच नहीं करांगा बिल्कुल तुहानूं मौका देंगा गुफ्तगू करन दा
मैं कह रहा कि मैं पिछले एक साल तो मेरी अखा तरस गई सन कि यार मैं इलमी किताबी मिले ताकि मैं भी पता लगे कि यार अकैडमी जी 12 साल तो तलीम दे रही है वह कि तलीम है वह कि तलीम हैगी सू भी तो पता लगे ना। तो गल कर मकसद है वे मुहतरम कि वह जरा इजमा पे बार बार कहें प्यो ना वो इजमा कि इजमा जिन्नात का इजमा से वो इजमा करने वाले कौन सन उन्होंने ना दसो सानू इजमा के बारे तुम किने दसिया वे कितों तुम पता लगे सारी डिटेल सू दसो ना। सवाल हूँ सवाल कर लिया जवाब दे लें फिर घंट होने अगर तुम्हें मेरा जवाब पसंद ना आए तो तुम खुद जवाब दे देना मैं एक नाकस स्टूडेंट नहीं नहीं मैं जवाब देना ही नहीं मैं नहीं जवाब देना क्यों ओदी वजह है वे ओदी वजह है वे क्योंकि असी अगर कोई गल करांगे तो साडी गल दी ते अहमियत आई कोई नहीं मैनू अबू हसन साहब जी ऐ जी ऐ तरीका हुंदा ना ए वे कादियानियां दा तरीका के बंदे नु माजल ते माजल ना बंदे नु साल ना आहना वा दस ना भाई मैं को आलम नहीं ਮੈਨੂੰ ਤੁਸੀਂ ਜਾਹਲ ਹੀ ਸਮਝੋ ਮੈਨੂੰ ਇਹ ਸਮਝੋ ਇੱਕ ਜਾਹਲ ਬੰਦਾ ਆਇਆ ਮੈਂ ਇਹਨੂੰ ਦੀਨ ਸਿਖਾਣਾ ਹੈ ਮੇਰੇ ਨਾਲ ਉਹ ਕਾਦੀਆਨੀਆਂ ਪੇਸ਼ ਨਾ ਹੋ ਮੈਂ ਮੁਸਲਮਾਨ ਹਾਂ ਤੁਹਾਨੂੰ ਇਹ ਪਹਿਲਾਂ ਯਾਰ ਕੈਸਾ ਖਬੀਸ ਆਦਮੀ ਹੈ ਕਹਿੰਦਾ ਕਾਦੀਆਨੀਆਂ ਦੀ ਤਰ੍ਹਾਂ ਮੇਰੀ ਗੱਲ ਨਾ ਕਰੋ ਮੁਸਲਮਾਨ ਦੀ ਗੱਲ ਯਾਰ ਨਹੀਂ ਨਹੀਂ ਮੁਸਲਮਾਨ ਦੀ ਗੱਲ ਤੇ ਬਹੁਤ ਬੜੀ ਖਬਾਸਤ ਇੱਕ ਮਿੰਟ ਮਾਜ਼ੱਲਾ ਕਾਦੀਆਨੀ ਆਪਣੇ ਝੂਠ ਦਜਲ ਤੇ ਕੁਰਾਨ ਤੇ ਝੂਠ ਬੋਲ ਕੇ ਔਰ ਤੁਹਾਨੂੰ ਅਗਰ ਉਹ ਸਾਨੂੰ ਤੇ ਨਹੀਂ ਉਹ ਫਸਾਉਂਦੇ ਹੈ ਤੁਸੀਂ ਜਾਹਿਲ ਹੋ ਤੇ ਤੁਸੀਂ ਫਸ ਜਾਂਦੇ ਹੋ ਤੇ ਤੁਸੀਂ ਕੀ ਅੰਬ ਲੈਣ ਜਾਂਦੇ ਫਿਰ ਕਾਦੀਆਨੀਆਂ ਦੇ ਕੋਲ ਤੁਸੀਂ ਤੇ ਫਸ ਜਾਂਦੇ ਹੋ ਨਾ ਤੁਸੀਂ ਤਾਂ ਜਾਹਿਲ ਹੋ ਸਾਨੂੰ ਕਹਿਣ ਉਹ ਫਸਾਨ ਹਾਂ ਉਹ ਕੁਰਾਨ ਹਦੀਸ ਤੇ ਤੁਹਾਡੇ ਸਾਹਮਣੇ ਝੂਠ ਬੋਲਦੇ ਹੋ ਇੱਕ ਮਿੰਟ ਸੁਣ ਲੈ ਕੁਰਾਨ ਹਦੀਸ ਤੇ ਤੁਹਾਡੇ ਸਾਹਮਣੇ ਝੂਠ ਬੋਲਣ ਤੁਹਾਨੂੰ ਨਾ ਸਮਝ ਲੱਗੇ ਤੇ ਤੁਸੀਂ ਇਹ ਕਹਿੰਦੇ ਉਹਨਾਂ ਨੇ ਫਸਾ ਲਿਆ ਮਾਜ਼ੱਲਾ ਕੈਸੀ ਤੁਸੀਂ ਮਸਾਲਾ ਦਿੰਦੇ ਹੋ ਮੈਂ ਕਹਿੰਦਾ ਐਸੇ ਖਬੀਸ ਨੇ ਨਾ ਖਬਾਸਤ ਨਾਲ ਭਰੇ ਹੋਏ ਲੋਕ ਨੇ ਕਿ ਇਹਨਾਂ ਨੂੰ ਉਹ ਮਰਨਾ ਹੀ ਭੁੱਲ ਗਿਆ ਇਹਨਾਂ ਨੂੰ ਉੱਤੋਂ ਇਹ ਨੀਚੇ ਥੱਲੇ ਬਹਿ ਕੇ ਟਿਪ 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 ਜਬ ਜਬ ਕਰਦਾ ਤੇ ਇਹਨੂੰ ਮੈਂ ਕਿਹਾ ਮੁਲਹਿਦਾ ਜਿਹਾ ਤੂੰ ਮੇਰੇ ਨਾਲ ਤੂੰ ਗੱਲ ਨੀ ਕਰਦਾ ਤੂੰ ਆਉਂਦਾ ਨੀ ਹੈਗਾ ਤੁਸਾਂ ਕਰਨੀ ਹੈ ਗੱਲ ਕਿ ਅਬੂ ਹਸਨ ਨੇ ਕਰਨੀ ਕਿਹਨੇ ਕਰਨੀ ਤੁਸਾਂ ਕਰਨੀ ਹੈ ਆ ਪਹਿਲੇ ਅਬੂ ਹਸਨ ਨਾਲ ਗੱਲ ਕਰਨਾ ਮੈਂ ਤਾਂ ਗੱਲ ਕਰਨਾ ਤੇਰੇ ਨਾਲ ਮੈਂ ਅੱਜ ਵੇਲਾ ਸਰਕਾਰ ਤੁਸਾਂ ਕਰਨਾ ਮੈਂ ਤੇਰੇ ਨਾਲ ਗੱਲ ਤੂੰ ਅਬੂ ਹਸਨ ਭਾਈ ਨਾਲ ਗੱਲ ਕਰ ਲੈ ਪਹਿਲੇ अच्छा यार अज मैं बड़ी खुशी हुई है कि अख्तर साहब अज आए ने मैं अज खुशी हुई है कि अख्तर साहब पहली दफा अज आए ने गल पलाहट दे मैं अद्धे राह विच इजमा दे मुतलक गल हो रही ना कि इजमा उम्मत ते एम्बुलेंस राह विच आ जांदी है बिल्कुल नहीं मैं याद करा देना ना मैं याद करा देना ना कादियानिया दा तुसी हवाला दित्ता सी कि तुसी कादियानिया वाला अमल कर रहे हो गुस्सा लग्या इस गल दा कि बिल्कुल कादियानिया वाला तरीका कादियानिया दा ही तरीका है ऐ जणा दी वारदात हुंदी है कि मतलब है कि जिथे जेड़ा बंदा फस जे ओनू उथे फसा ले अगा ना टरंदे हालांकि मैं बड़ी अख्तर भाई मैं ਤੁਹਾਨੂੰ ਨਾ ਬੜੀ ਤੁਹਾਨੂੰ ਮੈਂ ਨਾ ਮੇਰੀ ਗੱਲ ਸੁਣੋ ਤੁਹਾਨੂੰ ਮੈਂ ਬੜੀ ਇੱਕ ਪਤੇ ਦੀ ਗੱਲ ਤੁਹਾਨੂੰ ਮੈਂ ਦੱਸਣਾ ਪਤੇ ਦੀ ਗੱਲ ਦੱਸਣਾ ਤੁਹਾਨੂੰ ਮੈਂ ਮੈਨੂੰ ਦੇਖੋ ਮੇਰੀ ਗੱਲ ਸੁਣੋ ਜਵਾਬ ਦੇ ਲੈਂਦੇ ਜੀ ਤੁਹਾਨੂੰ ਮੌਕਾ ਦਿੰਨੇ ਆ ਇਨਸ਼ਾਅੱਲਾ ਕੋਈ ਮਸਲਾ ਜੀ 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 ਨਹੀਂ ਤੁਸੀਂ ਸਾਡੇ ਮਹਿਮਾਨ ਹੋ ਅਸੀਂ ਤੁਹਾਨੂੰ ਮੌਕਾ ਦੇਵਾਂਗੇ ਮਸਲਾ ਅਬੂ ਤੁਸੀਂ ਸਾਡੇ ਮਹਿਮਾਨ ਹੋ ਅਸੀਂ ਤੁਹਾਨੂੰ ਮੌਕਾ ਦੇਵਾਂਗੇ ਤੁਹਾਨੂੰ ਜੀ ਹਾਂ ਜੀ ਮਸਲਾ ਇਹ ਵੇ ਨਾ ਜਿਹੜਾ ਦੀਨ ਬਰਸਗੀਰ ਚ ਪਹੁੰਚਿਆ ਨਾ ਉਹ ਹੈ ਸੂਫੀਜ਼ਮ ਹੀ ਪਹੁੰਚਿਆ ਜਿਸ ਟਾਈਮ ਆਲਮ ਆਏ ਨੇ ਇਲਮ ਲੈ ਕੇ ਆਏ ਨੇ ਇਲਮ ਵਾਲੇ ਬੰਦੇ ਆਏ ਨੇ ਤੇ ਉਹਨਾਂ ਨੇ ਤਰਜਮੇ ਕੀਤੇ ਨੇ ਕੁਰਾਨ ਦੇ ਵੀ ਤੇ ਹਦੀਸਾਂ ਦੇ ਵੀ ਤੇ ਉਹ ਦੀਨ ਹਰ ਬੰਦੇ ਦੀ ਦਸਤਰ ਤੱਕ ਪਹੁੰਚੇ ਹਰ ਬੰਦੇ ਦੇ ਕੋਲੇ ਪਹੁੰਚੇ ਅੱਜ ਕੱਲ੍ਹ ਤੇ ਮਸਲਾ ਹੀ ਕੋਈ ਨਹੀਂ ਹੁਣ ਅੱਜ ਕੱਲ੍ਹ ਦੇ ਹਦੀਸਾਂ ਦੇ ਰੈਫਰੈਂਸ ਹਰ ਸ਼ਹਿਰ ਫੋਨਾਂ ਦੇ ਵਿੱਚ ਆ ਗਈ ਤੇ ਪਹਿਲਾਂ ਦੀਨ ਬਿਲਕੁਲ ਜਨਾਬ ਰਸੂਲਾ ਸੱਲਾ ਸਲਮ ਤੋਂ ਬਾਅਦ ਕੋਈ ਨਵੀਂ ਨਹੀਂ ਆਉਣਾ ਤੇ ਇਹ ਉਮਤ ਦਾ ਕੰਮ ਸੀ ਦੀਨ ਪਹੁੰਚਾਉਣਾ ਔਰ ਉਮਤ ਨੇ ਪਹੁੰਚਾਇਆ ਜੀ ਉਮਤ ਨੇ ਹਰ ਜਗ੍ਹਾ ਦੀਨ ਪਹੁੰਚਾਇਆ देखो मेरी गल सुनो के मिर्दा इंजीनियर कहंदा है कि अंग्रेजा दा यहूदियां दा कहंदा साडे ते एहसान है कि उन्होंने कुरान ते हदीस जिहड़ी है ना ਉਹ ਉਮਤ ਤੱਕ ਪਹੁੰਚਾਈ ਠੀਕ ਹੈ ਜੀ ਮਿਰਜ਼ਾ ਕਾਦੀਆਨੀ ਵੀ ਰੂਹਾਨੀ ਖਜ਼ਾਇਨ ਦੇ ਅੰਦਰ ਮੈਂ ਹਵਾਲਾ ਤੁਹਾਨੂੰ ਦੇ ਦਿੰਦਾ ਇੱਕ ਮਿੰਟ ਰੂਹਾਨੀ ਖਜ਼ਾਇਨ ਦੇ ਅੰਦਰ ਮੈਂ ਇੱਕ ਮਿੰਟ ਸਿਰਫ ਨਾ ਮੈਨੂੰ ਗੁਫ਼ਤਗੂ ਕਰ ਲੈਂਦੇ ਹੋ ਫਿਰ ਮੈਂ ਭੁੱਲ ਜਾਣਾ ਫਿਰ ਮੈਨੂੰ ਇੱਕ ਮਿੰਟ ਗੁਫ਼ਤਗੂ ਕਰ ਲੈਂਦੇ ਹੋ
एक मिनट आ गया जनाब हवाला देखो मिर्जा कादियानी जड़ा है ना वो जनाब अल्लाह तुहाडा भला करे एक मिनट ए जनाब हवाला जे मलफूजात दा मलफूजात दे अंदर सफ़ा नंबर जिल देख के सफ़ा नंबर 142 है ए अंदर कहंदा है कि गवर्नमेंट जो खुद आदल गवर्नमेंट ने हमें हमको मना नहीं किया और हम अपने मज़हब की तायीद और गैर कौमों के एतराज़ों की तरदीद में किताबें शाया करें बल्कि प्रेस डाकखाना इशात के दूसरे जरियों से मदद दी है। वो कहंदा है गवर्नमेंट जी अंग्रेजा की है ना यहूदियों की हुकूमत उन्हें सानू बड़ी साड़ी मदद की है कि असी प्रेस के जरिए डाक के जरिए इशात के जरिए असी जिहड़ा वे ना वो दूसरिया कौमों का असी रद्द किया। ठीक है जी। उसके बाद मिर्जा एक होर किताब है रूहानी खजाने जिल्द 15 सफा नंबर 615 वो कहता वे कि इस मुबारक गौरमेंट के अहद में मुबारक गौरमेंट के अहद में आया वो कौन है। एक मिनट जरा मेरी गल सुन लो वो कहता है प्रेस और डाकखाना की बरकत से हर किस्म की मजहबी किताबें मिल सकती हैं और अखबारात के जरिए तबादला ख्यालात का मौका भी मिलता है और उहदे ते उह गवर्नमेंट नूं कह रहा है कि मुबारक गवर्नमेंट जिहड़ी है ना अंग्रेजा दी उहदी वजह दे नाल जिहड़ा वे ने साडे तक जिहड़ा है ना कुरान दी साडे तक पहुंची। उही गल सेम मिर्जा जूनियर जेल भी करदा कहंदा है कि कुरान ते हदीस जिहड़ी है ना बाबयां ने नहीं साडे तक पहुंचाई बल्कि उह साडे तक यहूदियां ने पहुंचाई। अगर वह प्रिंटिंग प्रेस ना लाते तो कुरान हदीस साडे तक पहुंचनी ही नहीं सी। ते मिर्जा साहब दे मुताबिक ते दीने जी उस्मान भाई असा भाई एक और हवाला तुहानू दे दिंदा ते खंजीर दा बच्चा कहंदा है अजंज की नाम है दा फरी फरस्तान जड़ा ना अच्छा जी अख्तर साहब अख्तर ना अंग्रेज जड़ा ना अंग्रेज ओदी ते एडी के ज्यादा मेरे उते नवाजशां ने ओ नवाजशां कहंदा है नवाजशां ओदियां आया ने मेरे उते कि नबी अलैहिस्सलाम दे दौर दे विच ना इशाअत दा काम नहीं सी हो सकदा ते इशाअत नहीं कर सके नबी अलैहिस्सलाम ते अंग्रेज दी मदद दे नाल मैं दोबारा खातम नबीन बन के आया ते तर्जमे पहुंचा रहे अंग्रेज तर्जमे पहुंचा रहे आ अंग्रेज किताबां पहुंचा रहे आ मेरियां किताबां छालियां ते सारे को पता चल रही है ते गल करन दा मकसद है काम कर रहे हैं नबी अलैहिस्सलाम कोलो ऐ इशाअत दा काम नहीं सी हो सकया। अख्तर साहब तुसां जवाब इस चीज़ का देना है कि जो दीने इस्लाम किताबा बुखारी मुस्लिम तिरमिजी मिशकातुल मसाबी मुस्तदरक ते सारियां किताबा जो नहीं सन मौजूद ते उस टाइम दीने इस्लाम क्या नहीं सी मौजूद इस दुनिया दे विच इस कायनात दे विच। मिर्जा जूनियर जेलमी तो कहिंदा शाफी जिहड़े ने उन्होंने कीदे भी जिहड़े ने वह बरेलवियां वाले ने जिहड़े 600 साल तक जिन्होंने हुकूमत की 650 साल तक उन्होंने खिलाफत उस्मानिया वालिया ने उन्होंने अकीदे भी बरेलवियां वाले सन उहदे बाद जिहड़े अब्बासी सन उन्होंने अकीदे भी जिहड़े सन वह सारे बरेलवियां वाले सन ते मैनू दसो कि फिर किहड़ा फिरका नवां होया मिर्जा जेलमी वाला अकीदा नवां होया। एक मिनट जरा गल सुन लो मिर्जा जेलमी वाला जिहड़ा मजहब है वह नवां होया या बरेलवी मजहब नवां होया ते किताबां जिहड़ियां ने उह जिस टाइम नहीं सन मौजूद इहदा जवाब हुण तुहां देणा है जो किताबा की प्रिंटिंग नहीं सी होंगी तो किताबा कितने है उन्होंने शीह का बारहवा इमाम जरा वे किताबा सारिया गारे समरा च लै गया था गल की समझ आ गई है। भूसन साहब एक गल सुनो जी इंजीनियर साहब गल कर दें इस बारे में बिल्कुल स्पॉट ऑन 100% ठीक है मैं दसो वे बाबे ने प्रिंटिंग प्रेस बनाया है जी सारी तरक्की मुसलमान ਚੋਰੀ ਕੀਤਾ ਸਾਰਾ
ਉਹ ਸਾਇੰਟਿਸਟ ਤੇ ਸਾਰੇ ਸਾਡੇ ਸੀ, ਤਰੱਕੀ ਤੇ ਸਾਰੀ ਆ, ਛਾਪੇਖਾਨੇ ਸਾਡੇ, ਜਿਹੜੀ ਕਿਹੜੀ ਕਹਿ ਰਹੇ ਸੀ ਅਲਟਰਾਸਾਊਂਡ, ਚੁੱਪ ਕਰ ਮੁਲੇ ਚੁੱਪ ਕਰ, ਅਲਟਰਾਸਾਊਂਡ ਮਸ਼ੀਨ ਸਾਡੀ ਹੈ, ਅਲਟਰਾਸਾਊਂਡ ਦਾ ਜਿਹੜਾ ਹਲੇ ਤੇ ਪੈਦਾ ਵੀ ਨਹੀਂ ਸੀ ਹੋਈ, ਅਲਟਰਾਸਾਊਂਡ ਦੀ ਮਸ਼ੀਨ ਆਜ਼ਾਦ ਵੀ ਨਹੀਂ ਸੀ ਹੋਈ, ਉਹਨਾਂ ਨੇ ਲਿਖੀ ਤੇਰੇ ਵਰਗੇ ਗੱਦਾਰ ਨਾ ਹੁੰਦੇ ਹੈ। 1883 ਦੇ ਵਿੱਚ ਆਲਾ ਹਜ਼ਰਤ ਨੇ ਰਹਿਮਤੁਲਾ ਅਲੈਹ ਨੇ ਸਭ ਤੋਂ ਪਹਿਲੇ ਅਲਟਰਾਸਾਊਂਡ ਮਸ਼ੀਨ ਦਾ ਨਜ਼ਰੀਆ ਪੇਸ਼ ਕੀਤਾ ਸੀ। ਅਲ ਸਮਸਾਮ ਕਿਤਾਬ ਲਿਖੀ ਉਹਨਾਂ ਨੇ, ਅਲ ਸਮਸਾਮ ਯਾਰ ਗੱਲ ਤੇ ਸੁਣ ਲਓ, ਗਰਦਾਰ ਸੀ ਨਾ ਪਿੱਠੂ ਅੰਗਰੇਜ਼ਾਂ ਦੇ, ਕਾਦੀਆਨੀਆਂ ਵਰਗੇ ਮੁਲਹਿਦ, ਜਿਨ੍ਹਾਂ ਨੇ ਮੁਸਲਮਾਨਾਂ ਦੀ, ਉਸਮਾਨ ਵੀ ਕਿਤਾਬ ਦਾ ਨਾਮ ਜ਼ਰਾ ਇਹਨਾਂ ਨੂੰ ਮੈਂ ਦੱਸ ਦਿਆਂ, ਜਾ ਕੇ ਭਾਵੇਂ ਰਿਸਰਚ ਕਰ ਲੈਣ ਦਿਓ ਮੈਨੂੰ। ਆਲਾ ਹਜ਼ਰਤ ਬਹੁਤ ਜ਼ਮੀਨ ਸਾਕਨ ਹੈ, ਕਿਤਾਬ ਲਿਖੀ ਹਾਂ ਸਾਕੇ ਨੇ, ਪਰ ਉਹਦੇ ਤੇ ਮੇਰੇ ਨਾਲ ਸੈਪਰੇਟ, ਉਹਦੇ ਤੇ ਨਾ ਜ਼ਮੀਨ ਸਾਕੇ ਨੇ ਤੇ ਮੇਰੇ ਨਾਲ ਸੈਪਰੇਟ ਜਿਹੜਾ ਵੇ ਨਾ, ਉਸਦੇ ਮੂੰਹ ਬੰਦ ਕੀਤੇ ਹੋਏ ਨੇ ਅੱਜ ਤੱਕ ਕਿ ਤੁਹਾਡੇ ਕੋਲ ਦਲੀਲ ਕੋਈ ਨਹੀਂ ਹੈ, ਉਹ ਤੁਸੀਂ ਮੰਨਦੇ ਹੋ ਸਾਇੰਸ ਨੂੰ, ਉਸਮਾਨ ਵੀ ਸਾਇੰਸ ਨੂੰ ਚੱਕੇ ਉਹ ਮਾਰਿਆ ਆਇਆ ਸੀ, ਮੈਂ ਟੁੱਟ ਜਾਣਾ। ਅੱਛਾ ਉਹਨਾਂ ਕਿਤਾਬ ਦਾ ਨਾਂ ਜ਼ਰਾ ਲਿਖ ਲਓ, ਫਿਰ ਉਹਦੇ ਬਾਅਦ ਜਵਾਬ ਨਹੀਂ ਲੈਣਾ ਮੇਰੇ ਕੋਲ, ਤੇ ਮੈਂ ਟੁੱਟ ਜਾਣਾ। ਨਾ ਯਾਰਾਂ ਨੂੰ ਨਾ ਮਿਊਟ ਨਾ ਕਰੋ ਯਾਰ, ਲਾ ਦੋ ਯਾਰ ਥੱਲੇ ਦੇ ਨਾਲ ਤੇ ਉਹ ਚੰਗਾ ਵਾ, ਨਾ ਯਾਰ ਦੀ ਵਿੱਚ ਰਹਿ ਜਾਂਦੀ ਹੈ, ਇੱਕ ਇਧਰੋਂ ਬੋਲਦਾ ਇੱਕ ਇਧਰੋਂ ਬੋਲਦਾ, ਨਹੀਂ ਮੈਂ ਨਾ ਗੱਲ ਪੂਰੀ ਹੋ ਗਈ ਨਾ ਤੁਹਾਨੂੰ ਦੀ, ਮੇਰਾ ਭਰਾ ਤੂੰ ਬੈਠਾ ਰਹਿਣਾ, ਮੇਰਾ ਗੁੱਸਾ ਨਹੀਂ ਕਰਨਾ ਬਸ, ਨਹੀਂ ਮੈਂ ਗੁੱਸਾ ਨਹੀਂ ਕਰਦਾ, ਮੈਂ ਕਹਿੰਦਾ ਗੱਲ ਸੁਣੋ ਤੁਸੀਂ, ਗੱਲ ਤੁਸੀਂ ਕਰੋ ਜਿਹੜੀ ਤੁਸੀਂ ਕਰਨੀ ਕਰੋ, ਗੱਲ ਸਵਾਲ ਅਗਲਾ ਬੰਦਾ ਕਰਦਾ ਉਹਦਾ ਜਵਾਬ ਵੀ ਦਿਓ ਨਾ ਆਪਣਾ, ਇਹ ਜਿਹੜੀ ਕਿਤਾਬ ਹੈ ਨਾ ਸਾਊਂਡ ਦੀ ਮਸ਼ੀਨ ਆਲਾ ਹਜ਼ਰਤ ਨੇ ਯਾਦ ਕੀਤੀ ਯਾਰ, ਇਹ ਜਰਾ ਇੱਕ ਮਿੰਟ ਜਰਾ ਸੁਣੋਗੇ ਤੇ ਫੇਰ ਹੈ ਨਾ ਮੇਰਾ ਬਾਈ ਜੀ, ਤੁਸੀਂ ਸੁਣਨਾ ਹੀ ਨਹੀਂ ਤੇ ਫਿਰ ਫਾਇਦਾ ਕੀ, ਲਓ ਜੀ ਸੁਣੋਗੇ ਤੇ ਫੇਰ ਹੈ ਨਾ, ਮੈਂ ਸੁਣਨਾ ਅਲਟਰਾਸਾਊਂਡ ਵਾਲੀ ਮਸ਼ੀਨ ਦੇ ਬਾਰੇ ਜੀ, ਮੈਂ ਸੁਣਨਾ ਇਹ ਜਨਾਬ ਕਿਤਾਬ ਹੈ ਅਸਮਸਾਮ ਅਲਾ ਮੁਸ਼ੱਕਕ ਕੀ ਫੀ ਆਯਾਤ ਉਲੂਮ ਅਲਰਹਾਮ, ਇਹ ਕਿਤਾਬ ਉਹਨਾਂ ਨੇ ਲਿਖੀ ਆਲਾ ਹਜ਼ਰਤ ਨੇ 1896 ਦੇ ਅੰਦਰ, ਠੀਕ ਹੈ ਜੀ, ਠੀਕ, ਇਹ ਕਿਤਾਬ ਤੁਸੀਂ ਆਪ ਹੀ ਖੁਦ ਜਾ ਕੇ ਪੜ੍ਹ ਲਈਓ, ਜ਼ਾਹਰੀ ਬਾਤ ਹੈ ਪੜ੍ਹੋਗੇ ਤੇ ਫੇਰ ਹੀ ਪਤਾ ਲੱਗੇਗਾ ਨਾ, ਇਸ ਕਿਤਾਬ ਦੇ ਅੰਦਰ ਆਲਾ ਹਜ਼ਰਤ ਨੇ ਅਲਟਰਾਸਾਊਂਡ ਦੀ ਮਸ਼ੀਨ ਦੇ ਉੱਤੇ ਬਹਿਸ ਕੀਤੀ ਹੈ ਕਿ ਇਨਸਾਨ ਕਿਸੇ ਐਸੇ ਮਸ਼ੀਨ ਦੀ ਤਖਲੀਕ ਕਰਕੇ ਮਾਂ ਦੇ ਪੇਟ ਦੇ ਅੰਦਰ ਕੀ ਹੈਗਾ ਵੇ ਉਹਦਾ ਇਲਮ ਹਾਸਲ ਕਰ ਸਕਦਾ, ਇਹਦੇ ਤੇ ਉਹਨਾਂ ਨੇ ਇਸ ਇਲਮ ਦੇ ਉੱਤੇ ਉਹਨਾਂ ਨੇ ਕਿਤਾਬ ਲਿਖੀ ਹੈ ਵਾਲੀ ਸਨ 1896 ਦੇ ਅੰਦਰ, ਸਮਝ ਆਈ ਹੁਣ ਗੱਲ, ਵਿੱਚ ਨਕਸ਼ੇ ਨੁਕਸ਼ੇ ਵੀ ਬਣਾਏ ਨੇ ਮਸ਼ੀਨ ਦੇ, ਇਸ ਤਰ੍ਹਾਂ ਦੀ ਮਸ਼ੀਨ ਹੋਵੇਗੀ ਇੰਜ ਕੰਮ ਕਰੇਗੀ ਬਈ, ਮਸ਼ੀਨ ਦੇ ਮਸ਼ੀਨ ਦਾ ਨਜ਼ਰੀਆ ਦਿੱਤਾ ਜਾਂਦਾ, ਜਿਸ ਤਰ੍ਹਾਂ ਨਜ਼ਰੀਆ ਪਾਕਿਸਤਾਨ ਦਿੱਤਾ ਗਿਆ ਤੇ ਪਾਕਿਸਤਾਨ ਦਾ ਨਕਸ਼ਾ ਵੀ ਦਿੱਤਾ ਗਿਆ ਸੀ ਨਾਲ, ਜਦੋਂ ਨਜ਼ਰੀਆ ਪਾਕਿਸਤਾਨ ਦਿੱਤਾ ਗਿਆ ਸੀ ਤੇ ਨਾਲ ਨਕਸ਼ਾ ਦਿੱਤਾ ਗਿਆ ਸੀ ਕਿ ਇੰਜ ਇੰਜ ਪਾਕਿਸਤਾਨ ਬਣੇਗਾ ਤੇ ਇਹ ਉਹਦਾ ਨਕਸ਼ਾ ਹੋਏਗਾ ਬਈ, ਨਜ਼ਰੀਆ ਹੁੰਦਾ ਵੇ ਇੱਕ, ਮੇਰੀ ਗੱਲ ਸੁਣੀ ਜਰਾ ਲਾ ਆਫ ਗ੍ਰੈਵਿਟੀ ਜਿਹੜਾ ਵੇ ਉਹਨੇ ਕਿਸੇ ਸਾਇੰਸੀ ਐਕਸਪੈਰੀਮੈਂਟ ਦੇ ਜ਼ਰੀਏ ਸਾਬਿਤ ਕੀਤਾ ਉਹਨੇ ਲਾ ਆਫ ਗ੍ਰੈਵਿਟੀ ਜਿਹੜਾ ਵੇ ਉਹਨੇ ਕਿਸੇ ਸਾਇੰਸੀ ਐਕਸਪੈਰੀਮੈਂਟ ਦੇ ਨਾਲ ਸਾਬਿਤ ਕੀਤੀ ਉਹਦੀ ਕਦਰ ਹੁੰਦੀ ਹੈ ਮਸ਼ੀਨ ਬਣਾਉਣ ਵਾਲੇ ਦੀ, ਲੇਕਿਨ ਉਹਦਾ ਕ੍ਰੈਡਿਟ ਹਮੇਸ਼ਾ ਉਹਨੂੰ ਦਿੱਤਾ ਜਾਂਦਾ ਜਿਹਨੇ ਨਜ਼ਰੀਆ ਦਿੱਤਾ ਹੁੰਦਾ ਹੈ। ਉਹ ਮੈਨੂੰ ਦੱਸੋ ਕਿ ਜਿਹੜਾ ਜਿਹਦਾ ਕਾਦੀਆਨੀ ਕ੍ਰੈਡਿਟ ਲੈਂਦੇ ਨੇ, ਉਹ ਜਿਹੜਾ ਸੀ ਉਹਨਾਂ ਦਾ ਡਾਕਟਰ ਕੀ ਨਾਂ ਸੀ ਯਾਰ ਸਾਇੰਟਿਸਟ ਜਿਹੜਾ ਸੀ ਉਹ ਅਬਦੁਲ ਸਲਾਮ, ਉਹਦਾ ਕ੍ਰੈਡਿਟ ਲੈਂਦੇ ਨੇ, ਉਹਨੇ ਜਿਹੜੀ ਥਿਊਰੀ ਪੇਸ਼ ਕੀਤੀ ਸੀ ਤੇ ਕਿਆ ਉਹਨੇ ਕੋਈ ਸਾਇੰਸੀ ਐਕਸਪੈਰੀਮੈਂਟ ਕਰਕੇ ਉਹਨੇ ਥਿਊਰੀ ਪੇਸ਼ ਕੀਤੀ ਸੀ ਉਹਨੇ, ਦੱਸੋ ਮੈਨੂੰ। ਅੱਛਾ ਅਬੂ ਹਸਨ ਸਾਹਿਬ, ਤੁਸੀਂ ਮੇਰੇ ਅੰਦਾਜ਼ਾ ਮੈਂ ਲਗਾ ਰਿਹਾ ਕਿ ਤੁਹਾਨੂੰ ਇਤਨਾ ਕੋਈ ਪਤਾ ਨਹੀਂ, ਨੌਲੇਜ ਨਹੀਂ ਹੈ ਇਸਲਾਮ ਦਾ, ਜਿਹੜੀ ਨਿਊਟਨ ਨੇ ਬਣਾਈ ਹੈ ਨਾ ਥੀਰੀ, ਮੈਂ ਖੁਦ ਸਾਇੰਸ ਦਾ ਸਟੂਡੈਂਟ ਹੀ ਹਾਂ, ਇਤਨਾ ਕੋਈ ਨੌਲੇਜ ਨਹੀਂ ਹੈ, ਪਰ ਮੈਨੂੰ ਇਤਨਾ ਪਤਾ ਹੈ ਕਿ ਨਿਊਟਨ ਨੇ ਜਿਹੜਾ ਸਾਇੰਸ ਦੀ ਫੀਲਡ 'ਚ ਕੰਮ ਕੀਤਾ ਨਾ, ਉਹ ਕਾਬਲ ਸਤਾਇਸ਼, ਜੇ ਅਗਰ ਉਹਨੇ ਗ੍ਰੈਵਿਟੀ ਦਾ ਇੱਕ ਨਜ਼ਰੀਆ, ਮੈਨੂੰ ਗੱਲ ਪੂਰੀ ਕਰਨ ਦਿਓ। ਅੱਛਾ ਰਾਤ ਦੇ ਵੇ ਇੱਕ ਮਿੰਟ ਗੱਲ ਸੁਣੀ ਬਾਈ, ਗੱਲ ਸਾਇੰਟਿਸਟ ਤੂੰ ਸਾਇੰਸ ਦਾ ਸਟੂਡੈਂਟ ਹੈਗਾ ਤੇ ਬੜੀ ਤੁਹਾਡਾ ਤੂੰ ਰੱਦ ਕੀਤਾ ਅਸੀਂ, ਉਹ ਤੂੰ ਕਿਹਾ ਉਹਨਾਂ ਨੇ ਮਸ਼ੀਨ ਬਣਾਈ, ਅਸੀਂ ਕਿਹਾ ਕਨਸੈਪਟ ਦਿੱਤਾ, ਤੂੰ ਉਹਦੇ ਮੱਦੇ ਮੁਕਾਬਲ ਅਸੀਂ ਗ੍ਰੈਵਿਟੀ ਦੇ ਬਾਰੇ ਗੱਲ ਕੀਤੀ ਕਿ ਗ੍ਰੈਵਿਟੀ ਨੂੰ ਉਹਨੇ ਕੋਈ ਪ੍ਰੂਵ ਕਰਕੇ ਦਿੱਤਾ ਹੈ ਕੋਈ, ਇੱਕ ਮਿੰਟ ਸੁਣ ਤੇ ਲੈ ਲੈ ਛੁਣ ਤੇ ਲੈ ਨਾ ਉਹ ਛੁਣ ਤੇ ਲੈ ਫਿਰ ਤੂੰ ਕਹਿੰਦਾ ਮਿਊਟ ਕਰ ਦਿੱਤਾ ਬਾਈ, ਰੱਦ ਤੂੰ ਕਰ ਕਿ ਨਹੀਂ ਬਾਈ, ਇੰਜ ਨਹੀਂ ਹੁੰਦਾ।
ਇਹ ਜਿਹੜੀ ਜਿਹੜਾ ਕਨਸੈਪਟ ਦਿੰਦਾ ਹੈ ਨਾ ਉਹਦੀ ਕੋਈ ਵੈਲਿਊ ਨਹੀਂ ਹੈ। ਠੀਕ ਹੈ, ਤੂੰ ਉਹਨੂੰ ਸਾਬਤ ਕਰ, ਕੁਰਾਨ ਹਦੀਸ ਤੋਂ ਸਾਬਤ ਕਰ, ਜਾਂ ਸਾਇੰਸ ਦੇ ਸਾਇੰਸ ਦੀ ਜਿਹੜੀ ਤਾਲੀਮ ਹੈ ਉਹਦੇ ਮੁਤਾਬਕ ਸਾਬਤ ਕਰਕੇ ਜਿਹੜਾ ਕਨਸੈਪਟ ਦਿੰਦਾ ਉਹਦੀ ਕੋਈ ਵੈਲਿਊ ਨਹੀਂ। ਯਾਦ ਹੈ ਨਾ, ਰੱਦ ਕਰ ਲਓ ਜੀ, ਵੈਲਿਊ ਤੇ ਜਨਾਬ ਉਹਦੀ ਹੁੰਦੀ ਹੈ ਨਾ, ਇਹ ਨਹੀਂ ਮੈਂ ਕਹਿ ਰਿਹਾ, ਬਸ ਉਹੀ ਅਸੀਂ ਕਹਿੰਦੇ ਆ ਤੇ ਤੂੰ ਇਹਨੀ ਗੱਲ ਦੇ ਉੱਤੇ ਰੱਦ ਕਰੀ ਜਾ ਰਿਹਾ ਸਾਡਾ। ਗੱਲ ਸੁਣੋ ਨਾ, ਗੱਲ ਸੁਣੋ, ਜਿਹੜਾ ਬੰਦਾ ਕਨਸੈਪਟ ਪੇਸ਼ ਕਰਦਾ, ਜਿਸ ਤਰ੍ਹਾਂ ਨਿਊਟਨ ਸਾਨੂੰ ਮਿਸਾਲ ਦਿੱਤੀ ਹੈ, ਨਿਊਟਨ ਨੇ ਸਿਰਫ ਇਹ ਨਹੀਂ ਦੱਸਿਆ ਕਿ ਇਹ ਗ੍ਰੈਵਿਟੀ ਇੰਜ ਸੇਫ ਢਾਂਦਾ ਤੇ ਇਹ ਗ੍ਰੈਵਿਟੀ ਹੈ, ਉਹਨੇ ਭਾਈ ਜੀ ਪ੍ਰੋਪਰ ਇਹਦੇ ਵਰਕਿੰਗ ਕੀਤੀ ਹੈ, ਉਹਦੇ ਜਿਹੜੇ ਲੋਅ ਨੇ ਬਣਾਏ ਹੋਏ, ਗ੍ਰੈਵਿਟੀ ਦੇ ਲੋਅ ਨੇ ਜਿਹੜੇ ਬਣਾਏ ਹੋਏ, ਅੱਜ ਵੀ ਜਿਹੜੇ ਰਾਕਟ ਤੱਕਦੇ ਉਹ ਫਜ਼ਾ ਵੀ ਜਾਂਦੇ ਨੇ ਤੇ ਪਛਾਣਦੇ ਨੇ, ਇਹ ਨਿਊਟਨ ਦੇ ਲਾਅ ਦੇ ਮੁਤਾਬਕ ਜਿਹੜਾ ਉਹਨੇ ਲਾਅ ਬਣਾਇਆ ਲਿਖ ਗਿਆ ਉਸ ਵਕਤ ਦਾ, ਇਹ ਉਹਦੇ ਮੁਤਾਬਕ ਜਾਂਦੇ ਨੇ ਤੇ ਪਛਾਣਦੇ। ਉਹ ਬਾਈ ਉਹਦੇ ਕੋਲ ਟਾਈਮ ਸੀ ਨਾ, ਨਿਊਟਨ ਦਾ ਜਿਹੜਾ ਗ੍ਰੈਵਿਟੀ ਦਾ ਜਿਹੜਾ ਉਸਮਾਨ ਭਾਈ ਤੇਰਾ ਮੈਨੂੰ ਜਵਾਬ ਦੇਣ ਦਿਓ, ਉਸਮਾਨ ਭਾਈ ਤੇਰਾ ਜਵਾਬ ਦੇਣ ਦਿਓ, ਗ੍ਰੈਵਿਟੀ ਦਾ ਜਿਹੜਾ ਲਾਅ ਹੈਗਾ ਨਾ ਨਿਊਟਨ ਦਾ, ਉਹਨੂੰ ਜਾਓ ਹਜਾ ਕੇ ਗੂਗਲ ਤੇ ਸਰਚ ਕਰਕੇ ਮੈਨੂੰ ਹੁਣ ਦੱਸੋ ਹਾਂ ਭਲਾ ਕਿ ਅੱਜ ਦੀ ਸਾਇੰਸ ਉਹਨੂੰ ਮੰਨਦੀ ਪਈ ਹੈ? ਉਹ ਤੇ ਉਹਨਾਂ ਨੇ ਉਹਦੇ ਮੂੰਹ ਤੇ ਕਾਲਕ ਮਲ ਦਿੱਤੀ, ਉਹਨਾਂ ਨੇ ਉਹਦੇ ਮੂੰਹ ਤੇ ਕਾਲਕ ਮਲ ਦਿੱਤੀ, ਉਹਨਾਂ ਨੇ ਕਿਹਾ ਗ੍ਰੈਵਿਟੀ ਕੋਈ ਫੋਰਸ ਨਹੀਂ, ਜਿਹੜੀ ਅੱਜ ਦੀ ਸਾਇੰਸ ਕਹਿੰਦੀ ਹੈ ਗ੍ਰੈਵਿਟੀ ਕੋਈ ਫੋਰਸ ਨਹੀਂ ਹੈਗੀ। ਤੁਸੀਂ ਕਿਹੜੇ ਸਾਇੰਸ ਦੇ ਸਟੂਡੈਂਟ ਹੋ ਸਾਨੂੰ ਵੀ ਤਾਂ ਦੱਸੋ, ਕਿਹੜੇ ਸਾਇੰਸ ਦੇ ਸਟੂਡੈਂਟ ਹੋ ਤੁਸੀਂ? ਅੱਬੂ ਸੰਤਾ, ਜਿਹੜੀ ਤੁਸੀਂ ਗੱਲ ਕਰ ਰਹੇ ਹੋ ਨਾ, ਬਿਲਕੁਲ ਮੈਂ ਤੁਹਾਡੀ ਗੱਲ ਨਾਲ ਅਗਰੀ ਕਰਨਾ ਕਿ ਉਹ ਕਾਫੀ ਸਾਰੀਆਂ ਜਗ੍ਹਾ ਤੇ ਗਲਤ ਸਾਬਤ ਹੋਇਆ ਨਿਊਟਨ ਨਿਊਟਨ, ਪਰ ਉਹਦੀ ਉਹਦੀ ਜਿਹੜੀ ਵਰਕਿੰਗ ਆਹੀ ਨਾ, ਉਹਦੀ ਵਰਕਿੰਗ ਦਾ ਨਤੀਜਾ ਹੈ ਕਿ ਇਹਦੇ 'ਚ ਵੀ ਵਰਕਿੰਗ ਹੈ ਭਾਵੇਂ ਨਾ, ਕਿਤਾਬ ਤੁਸੀਂ ਨਾ ਲਿਖ ਲਓ, ਇਹਦੇ 'ਚ ਵੀ ਉਹਨਾਂ ਨੇ ਵਰਕਿੰਗ ਕੀਤੀ ਹੈ। ਤੇ ਜਿਹੜੀ ਕਿਤਾਬ ਉਹਨਾਂ ਨੇ ਲਿਖੀ ਨਾ ਫੌਜ਼ੁਲ ਮਬੀਨ, ਇੱਕ ਮਿੰਟ ਗੱਲ ਸੁਣ, ਫੌਜ਼ੁਲ ਮਬੀਨ, ਇੱਕ ਮਿੰਟ ਗੱਲ ਸੁਣ, ਇਹ ਕਿਤਾਬਾਂ ਦੇ ਨਾਂ ਨੋਟ ਕਰ ਲਓ, ਅਸਮਸਾਮ ਫੀ ਸ਼ੱਕਿਕ ਫੀ ਸ਼ੱਕਿਕਿਲ ਅਰਹਾਮ, ਇੱਕ ਮਿੰਟ ਹਰ ਚੁੱਕੀ ਨਾਂ ਇਹਦਾ, ਅਸਮਸਾਮ ਅਲਾ ਮੁਸ਼ੱਕਿਕ ਫੀ ਆਯਾਤ ਉਲੂਮ ਅਰਹਾਮ, ਇਹ ਕਿਤਾਬ ਦਾ ਨਾਂ ਨੋਟ ਕਰ ਲਓ। ਉਹਦੇ ਬਾਅਦ ਫੌਜ਼ੇ ਮੁਬੀਨ ਲਿਖੋਗੇ ਨਾ, ਫੌਜ਼ੇ ਮੁਬੀਨ, ਉਹ ਵੀ ਕਿਤਾਬ ਆ ਜਾਏਗੀ। ਉਹਦੇ ਅੰਦਰ ਆਲਾ ਜ਼ਰਤ ਨੇ ਬਕਾਇਦਾ ਜਿਓਮੈਟ੍ਰੀਕਲੀ, ਬੰਦੇ ਨੇ ਪੜ੍ਹਨੀ ਨਹੀਂ ਤੇ ਨਾ ਰਹਿ ਨਹੀਂ ਦਿਓ, ਐਡੀ ਔਖੀ ਹੋਣੀ ਹੈ ਨਾ ਹੀ ਨਹੀਂ ਮੈਂ ਇਹ ਹੀ ਤੇ ਗੱਲ ਹੈ ਨਾ, ਮੇਰੀ ਗੱਲ ਸੁਣੋ, ਇਲਮ 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 ਕਿਉਂ ਫਿਰ ਇਲਮ ਹਾਸਲ ਕਰਨਾ ਕਿਉਂ ਜ਼ਰੂਰੀ ਕਿਹਾ ਗਿਆ? ਅਗਰ ਤੁਸੀਂ ਕਿਸੇ ਦਾ ਰੱਦ ਕਰਨਾ ਤੇ ਇਲਮ ਦੀ ਬੁਨਿਆਦ ਤੇ ਕਰਨਾ ਜੇ ਨਾ, ਅਗਰ ਕਿਸੇ ਦਾ ਰੱਦ ਕਰਨਾ ਤੇ ਇਲਮ ਦੀ ਬੁਨਿਆਦ ਤੇ ਕਰਨਾ ਕਿ ਬੁਗਜ਼ ਦੀ ਬੁਨਿਆਦ ਤੇ ਕਰਨਾ? ਅਬੂ ਸੰਤਾ ਤੁਸੀਂ ਗੱਲ ਕਰ ਸੜੀ ਹੈ ਜੀ, ਜਿਹੜਾ ਨਜ਼ਰੀਆ ਪੇਸ਼ ਕੀਤਾ ਅਲਟਰਾਸਾਊਂਡ ਦੀ ਮਸ਼ੀਨ ਦਾ, ਇਹ ਹਾਲਾਤ ਦੇ ਪੇਸ਼ ਕੀਤਾ, ਤੁਸੀਂ ਵੀ ਸਿਰਫ ਕਾਰੀ ਸੜੀ ਵਾ, ਇਹਦੇ ਵਿੱਚ ਰਿਐਲਿਟੀ ਕੋਈ ਨਹੀਂ ਹੋਣੀ ਜਿਹੜੀ ਸੱਚੀ ਗੱਲ ਹੈ। ਯਾਰ ਤੁਸੀਂ ਪੜ੍ਹ ਕੇ ਦੇਖੋ ਨਾ, ਫਿਰ ਤੁਸੀਂ ਇਤਰਾਜ਼ ਕਰੀਓ ਨਾ, ਤੁਹਾਡੇ ਕੋਲ ਟਾਈਮ ਹੈ ਵੇ ਤੇ ਪੜ੍ਹ ਕੇ ਦੇਖ ਲਈਓ, ਅਬਲ ਤੇ ਤੁਹਾਨੂੰ ਸਮਝ ਹੀ ਨਹੀਂ ਆਣੀ ਕੀ ਲਿਖਿਆ ਦਾ, ਬਹਰਹਾਲ ਫਿਰ ਵੀ ਤੁਸੀਂ ਪੜ੍ਹ ਕੇ ਦੇਖ ਲਈਓ ਫਿਰ ਤੁਹਾਨੂੰ ਪਤਾ ਲੱਗ ਜਾਏਗਾ। ਨਹੀਂ ਉਹ ਸਮਝੋ ਦੀ, ਸਮਝੋ ਸਾਡੀ, ਸਮਝੋ ਬਾਹਰ ਭਾਈ, ਤੁਸੀਂ ਸਮਝ ਸਕਦੇ ਉਹਨਾਂ ਨੂੰ, ਤੇ ਬਹਰਹਾਲ ਅੱਛੀ ਡਿਸਕਸ਼ਨ ਰਹੀ ਹੈ ਤੁਹਾਡੇ ਨਾਲ, ਮਾਸ਼ਾਅੱਲਾ। ਮਿਹਰਬਾਨੀ ਯਾਰ, ਉਹ ਆਪਣੇ ਜਿਹੜੇ ਤੁਹਾਡੇ ਇੱਥੇ ਟਿਕਟੋਕ ਦੇ ਜਿਹੜੇ ਤੁਹਾਡੇ ਮੁਫਤੀ ਨੇ ਯਾਰ, ਉਹਨਾਂ ਚੋਂ ਕਦੀ ਕਿਸੇ ਨੂੰ ਤਿਆਰ ਕਰੋ ਯਾਰ ਮੁਨਾਜ਼ਰੇ ਵਾਸਤੇ, ਉਹ ਆਪਣੀਆਂ ਬਰਾਡਾਂ ਲਾ ਕੇ ਤੇ ਗਾਲਾਂ ਕੱਢਦੇ ਰਹਿੰਦੇ ਨੇ ਸਾਨੂੰ ਮੁਨਾਜ਼ਰੇ ਵਾਸਤੇ, ਜਿਹਨੂੰ ਮੈਸੇਜ ਭੇਜੋ ਤੇ ਕਹਿੰਦੇ ਨੇ ਨਹੀਂ ਸਾਡੇ ਕੋਲ ਟਾਈਮ ਹੈ ਨਹੀਂ। ਮੈਂ ਕੋਲ ਤੁਸੀਂ ਸੱਚੀ ਗੱਲ ਪੁੱਛੋ, ਮੈਂ ਤੇ ਟਿਕਟੋਕ ਤੇ ਬਹਿਣ ਦੀ ਮੁਹਾਲਫ ਹਾਂ। ਅਗਰ ਮੈਂ ਤੁਹਾਨੂੰ ਸੱਚੀ ਹਕੀਕਤ ਵਾਲੀ ਗੱਲ ਕਰਾਂ ਤੇ ਮੈਂ ਇਸ ਚੀਜ਼ ਦੀ ਮੁਹਾਲਫ ਹਾਂ ਕਿ ਕੋਈ ਬੰਦਾ ਬਹਿਵੇ ਤੇ ਬਹਿ ਕੇ ਸਿਰਫ ਕਿਸੇ ਇੱਕ ਸ਼ਖਸੀਅਤ ਨੂੰ ਡਿਫੈਂਡ ਕਰੇ, ਜਾਂ ਸਿਰਫ ਇੱਕ ਸ਼ਖਸੀਅਤ ਨੂੰ ਕੋਸੇ, ਜਿਸਾਂ ਤੁਸੀਂ ਕੋਸਦੇ ਹੋ, ਤੇ ਉੱਧਰ ਬੈਠੇ ਅਗਰ ਕੋਈ ਬੰਦਾ ਇੰਜੀਨੀਅਰ ਸਾਹਿਬ ਨੂੰ ਸਿਰਫ ਡਿਫੈਂਡ ਕਰਨ ਵਾਸਤੇ, ਮੈਂ ਤੇ ਇਸ ਚੀਜ਼ ਦੇ ਖਿਲਾਫ, ਮੈਂ ਕਹਿੰਦਾ ਇਸ ਚੀਜ਼ ਦਾ ਇੱਕ ਮਕਸਦ ਹੋਣਾ ਚਾਹੀਦਾ। ਅਗਰ ਮਿਰਜ਼ਾ ਇੰਜੀਨੀਅਰ ਜਮਾਏ ਉਮਤ ਨੂੰ ਮੰਨਦਾ, ਮਿਰਜ਼ਾ ਇੰਜੀਨੀਅਰ ਜਮਾਏ ਉਮਤ ਨੂੰ ਮੰਨਦਾ, ਮੈਨੂੰ ਨਹੀਂ ਪਤਾ ਇਸ ਗੱਲ ਦਾ। ਅਗਰ ਤੁਸੀਂ ਟਿਕਟੋਕ ਉਹ ਇਜਮਾਏ ਉਮਤ ਜਿਹੜਾ ਵੇ ਉਹਦਾ ਤੁਹਾਡੀ ਨਜ਼ਰ ਦੇ ਅੰਦਰ ਇਜਮਾਏ ਉਮਤ ਦਾ ਕੀ ਜਿਹੜਾ ਵੇ ਕਨਸੈਪਟ ਹੈ? ਅਬੂ ਹਸਨ ਸਾਹਿਬ ਆਹੀ ਗੱਲ ਹੈ, ਮੈਂ ਫਿਰ ਜਾਣਾ ਵੋਕ ਤੇ, ਮੈਂ ਨਿਕਲਣਾ ਕਰੂੰ ਤੇ ਮੇਰਾ ਇੰਟਰਨੈਟ ਬੰਦ ਹੋ ਜਾਣਾ। ਪਾ ਮਾਰ ਕੇ ਚੱਲ ਜਾ, ਕੱਪਾ ਮਾਰ ਲੈ ਜਿੰਨੀਆਂ ਮਰਜ਼ੀ, ਬੋਗਸ ਕਜ਼ਾਬਾਂ ਦਜਾਲਾਂ ਦੇ ਉੱਪਰ ਮੌਕਫ ਆਪਣੇ ਬਣਾ ਕੇ ਤੇ ਆਪਣੇ ਆਪ ਨੂੰ ਵੀ ਤੇ ਦੂਜਿਆਂ ਨੂੰ ਵੀ ਵਰਗ ਲਾਉਂਦੇ ਨੇ, ਪਹਿਲੇ ਉਹਨਾਂ ਨੂੰ ਅਸੀਂ ਟੰਗਾਂਗੇ ਨਾ, ਤੇ ਫਿਰ ਜੋ ਟੰਗੇ ਜਾਣਗੇ ਨਾ ਤੇ ਫਿਰ ਅਸੀਂ ਸਿਖਾਵਾਂਗੇ। ਉਹ ਜਦੋਂ ਟੰਗਣ ਨੇ ਨਾ, ਟੰਗਣ ਦੇ ਵਿੱਚ ਵੀ ਤੇ ਅਸੀਂ ਸਿਖਾਏ ਨਹੀਂ ਆ ਤੁਹਾਨੂੰ, ਤੇ ਆਹਿਸਤਾ ਆਹਿਸਤਾ ਜਦੋਂ ਇਹ ਟੰਗੇ ਜਾਣਗੇ ਉਸ ਤੋਂ ਬਾਅਦ ਅਸੀਂ
तरीके ना लेके एक ब्राड भी ऐसी चलाया करांगे जिथे खालसतन जड़ा है ना वो सिर्फ बगैर किसी शख्सियत या बगैर ऐसे कजाबा दे जालना तो हट के ऐसी अपनी गल करिया करा। अब्बू हसन साहब एक आखरी आखरी गुजारिश है अगर मैं पूरी करन दियो। मैं कुछ दिन तो सुन रहा हूं, मैं नवा ही आया टिकटॉक ते, इतना पुराना नहीं है मैं, जड़ा जिन्ना को समय मुलहदा नु जेड़े मुलहद बिल्कुल एथियस्ट जेड़े कादियानी ने इतना दो चीज को ज्यादा फर्क नहीं मन लगा है। और जिस तरह ये एक हदीस सुनाते ने सुना कर फिर उस हदीस की अपनी तशरीह करते ने करके बड़ी सख्त गुस्साही भी करते ने, ते तुसा नॉलेज वाले बंदे हो, मेरे जे बंदे ते उन्होंने जवाब ही नहीं दे सकते, ते तुसा नॉलेज वाले बंदे हो माशाल्लाह आम आवाम की तालीम वास्ते वो हदीसा रद्द करदे ने ना उन्हां दी टीम साडे कोल है और इंशाल्लाह ओह अलहदा तो काम करनगे। ते मुफ्ती यासिन नदीम अल वाजदी ने जिहड़ी तुहानूं ते ओह दूसरे हो गए ने एक्नोलॉजी टीम वाले जेडे ने उन्होंने ताड़ियां दुबरां जेड़ियां ने ऐन नंगियां करके टंग के उत्थे टंगियां होईयां ने सारे मुल्हदीन दियां, सारे नसे होए ने दौड़े होए ने और जेड़े जेड़े अपने आप नूं मुल्हदीन ते एक्स मुस्लिम दा टाइटल लांदे ने ते कोई एग्नोस्टिक कहिंदे ने सारियां नियां दियां दुबर जेड़ी ना टंगियां होईयां ने पुठियां करके ओह टीम उहनां दी टीम लैदा है ओह भाई ओह कम करदियां। साडी टीम जेड़ी है ओह रद्दे कादियानियत रद्दे मरज़ईयत ते साडे फैज़ान भाई रद्दे रावज़ियत ते कम करदे ने ठीक है ते असी यही काम करना है तू जिन्ना मर्जी कह ला असी नहीं करदे। जनाब उस्मान ओ केड़ नहीं ओ किथे बैठे हुंदे ने जिन्ना दा नाम लैंदे होवे ओ अपने चैनल से बैठे हुंदे YouTube चैनल ते बैठे हुंदे ने और उहनां दे विचों तीन चार जड़े ने इत्थे आए ने TikTok दे उपर उहनां ने कोई एक दो हफ्ते ब्रॉड चलाई है अपनी आहिस्ता आहिस्ता ओ कंटिन्यू हो जाणगे जाके ਉਹਨਾਂ ਦੀ ਆਦਾ ਪਿਆ ਲਾਲਾ ਮਨੂੰ ਤੇ ਨਹੀਂ ਆਖਦਾ ਬੈਠ ਥੱਲੇ ਬਗੈਰ ਤਾਹਾਂ ਪਿਆ ਖੁਦਾ ਦੇ ਬੰਦੇ ਸਹੀ ਅੱਲਾ ਦੇ ਵਾਲੇ ਅਸਲਾਮ ਅਲੈਕੁਮ ਨਹੀਂ ਉਹ ਸਾਨੂੰ ਗਾਲਾਂ ਕੱਢਦਾ ਪਿਆ ਵਿਚਾਰਾ ਉਹ ਅੱਗੇ ਅਤੁ ਛਿੱਤਰ ਪਰੇਡ ਕਰਾ ਕੇ ਗਿਆ ਨਾ ਅੱਗੇ ਹਾਂ ਉਹ ਵਿਚਾਰਾ ਆਇਆ ਸੀ ਕਿ ਮੈਂ ਪੂਰੇ ਪਿੰਡ ਨੂੰ ਵਕਤ ਪਾ ਦਾਂਗਾ ਮੈਂ ਕਿਉਂਕਿ ਮਿਰਜ਼ਾ ਇੰਜੀਨੀਅਰ ਨੇ ਕਹਿ ਦਿੱਤਾ ਕਿ ਮੇਰੇ ਇੱਕ ਇੱਕ ਸਟੂਡੈਂਟ ਨੇ ਪੂਰੇ ਪਿੰਡ ਨੂੰ ਵਕਤ ਪਾਇਆ ਹੋਇਆ ਤੇ ਮੈਂ ਵਕਤ ਜਾ ਕੇ ਪਾ ਦਾਂਗਾ ਉਹਨੂੰ ਵਿਚਾਰੇ ਨੂੰ ਅੱਗੋਂ ਗੱਲ ਹੀ ਕੋਈ ਨਹੀਂ ਆਈ ਹਾਂ इंजीनियर टीका भरवा के आ जाते ने कि असि मुस्लिम इलमी किताबी हाँ जो जाके उलमा के सामने बहंदे ने तो उत्थे बेचारे जेड़े चूसनी मुंह च रख के बह जाते हैं गुदारी बात आंदा जाता कुछ आंदा नहीं है नाले मिर्दा इंजीनियर भी कहंदा ना ਕਹਿੰਦਾ ਬਰੇਲਵੀਆਂ ਦੇ ਨਾਲ ਇਹਨਾਂ ਦੀ ਔਕਾਤ ਨਹੀਂ ਹੈ ਕਿ ਬਰੇਲਵੀਆਂ ਦੇ ਨਾਲ ਗੱਲ ਕਰ ਸਕਣ ਕਿਉਂ ਅਖਤਰ ਭਈਆ ਗੱਲ ਤਾਂ ਤੁਸੀਂ ਸੁਣੀ ਹੋਏਗੀ ਮੇਰੇ ਤਾਂ ਇੰਜੀਨੀਅਰ ਦੀ ਜ਼ੁਬਾਨੀ ਤੁਸੀਂ ਅੰਦਾਜ਼ਾ ਲਓ ਅਸਾ ਭਾਈ ਕਿ ਸਾਡੇ ਕੋਲੋਂ ਮੁਤਾਲਬਾ ਕਰਦੇ ਨੇ ਕੁਰਾਨ ਹਦੀਸ ਅਸੀਂ ਦੇਖੋ ਕੁਰਾਨ ਹਦੀਸ ਦੇ ਮਿਰਜ਼ਾ ਇੰਜੀਨੀਅਰ ਵਾਲੇ ਦਿੰਦਾ ਹੈ ਤੇ ਕੁਰਾਨ ਹਦੀਸ ਤੇ ਜਦੋਂ ਇਹਨਾਂ ਨੂੰ ਪੁੱਛੋ ਤੇ ਇੱਕ ਹਦੀਸ ਨਹੀਂ ਇਹਨਾਂ ਦੇ ਕੋਲ ਹੁੰਦੀ ਤੇ ਇੱਕ ਕੁਰਾਨ ਦੀ ਆਇਤ ਨਹੀਂ ਹੁੰਦੀ ਨਾ ਕੋਈ ਪੜੀ ਹਦੀਸ ਕੋਈ ਉਹਨਾਂ ਨੂੰ ਇੰਨੀ ਵਾਰੀ ਇਹਨੂੰ ਪੁੱਛਿਆ ਕਿ ਯਾਰ ਤੂੰ ਦੱਸ ਬੁਖਾਰੀ ਮੁਸਲਿਮ ਤੇਰੇ ਤੱਕ ਕੌਣ ਦੇ ਕੇ ਗਿਆ ਤੈਨੂੰ ਕੌਣ ਪਹੁੰਚਾ ਕੇ ਗਿਆ ਕਿਸ ਤਰ੍ਹਾਂ ਤੇਰੇ ਤੱਕ ਪਹੁੰਚੀਏ ਤੇ ਉਹ ਜੀ ਜਮਾਤ ਦੇ ਜ਼ਰੀਏ ਪਹੁੰਚੀਏ ਅੱਛਾ ਜੀ ਜਮਾਂ ਕਿਹਨਾਂ ਨੇ ਕੀਤਾ ਵੇ ਕਿਹਨਾਂ ਦੇ ਵਿੱਚ ਜਮਾਂ ਹੋਇਆ ਵੇ ਇਹਦੇ ਬਾਰੇ ਕੋਈ ਜਵਾਬ ਨਹੀਂ। ਅੱਛਾ ਚਲੋ ਅਸੀਂ ਤੇ ਬਾਬਿਆਂ ਦੇ ਪੁਜਾਰੀ ਆ ਤੂੰ ਕਹਿ ਰਿਹਾ ਬਾਬਿਆਂ ਦੇ ਪੁਜਾਰੀ ਆ ਉਹ ਤੇ ਸੂਰੇ ਫਾਤਿਹਾ ਦੇ ਵਿੱਚ ਵੀ ਹੈ ਨਾ ਕਿ ਉਹਨਾਂ ਦੇ ਰਸਤੇ ਤੇ ਚੱਲਣਾ ਜਿਨ੍ਹਾਂ ਤੇ ਇਨਾਮ ਹੋਇਆ। ਚਲੋ ਅਸੀਂ ਤੇ ਉਹਨਾਂ ਦੇ ਰਸਤੇ ਤੇ ਚੱਲਦੇ ਆ ਜਿਨ੍ਹਾਂ ਦੇ ਇਨਾਮ ਹੋਇਆ ਸਲਫ ਸਾਲਹੀਨ ਦਾ ਅਹਿਲ ਸੁਨਨ ਦਾ ਮਨਜ ਹੈ ਉਹ ਤੁਸੀਂ ਤੇ ਇੱਕ 1400 ਸਾਲ ਤੋਂ ਬਾਅਦ ਇੱਕ ਕਜ਼ਾਬ ਦਾ ਜਾਲ ਉਹਦੀ ਪੂਜਾ ਉਹਨੂੰ ਨਬੀ ਮੰਨ ਲਿਆ ਜੇ ਜਾ ਕੇ ਕਿ ਕੁਰਾਨ ਕੁਛ ਕਹਿੰਦਾ ਹੈ ਉਹ ਕਹਿੰਦਾ ਹੈ ਕਿ ਕਾਦੀਆਨੀਆਂ ਦੇ ਅਜ਼ਾਇ ਵਜ਼ੂ ਚਮਕ ਰਹੇ ਹੋਣਗੇ ਕੁਰਾਨ ਚ ਅੱਲਾਹ ਤਾਲਾ ਫਰਮਾ ਰਿਹਾ ਕਿ ਨਹੀਂ ਜਿਹੜੇ ਕਾਫਰ ਹੋਣਗੇ ਉਹਨਾਂ ਦੇ ਮੂੰਹ ਕਾਲੇ ਸਿਆਹ ਹੋਣਗੇ ਤੁਸੀਂ ਉਹਨੂੰ ਨਬੀ ਮੰਨ ਕੇ ਮੰਨ ਲਿਆ ਕਿ ਨਹੀਂ ਬਿਲਕੁਲ ਕਿ ਕਾਦੀਆਨੀਆਂ ਦੇ ਅਜ਼ਾਇ ਵਜ਼ੂ ਚਮਕ ਰਹੇ ਹੋਣਗੇ ਅਗਰ ਸਾਡੇ ਮਿਰਜ਼ਾ ਜੂਨੀਅਰ ਨੇ ਕਹਿ ਦਿੱਤਾ ਹੈ ਨਾ ਤੇ ਉਹਨੂੰ ਵਹੀ ਹੋਈ ਹੈ ਅਸੀਂ ਉਹਦੀ ਮੰਨਣੀ ਹੈ ਤੇ ਇਹ ਕਜ਼ਾਬ ਦੇ ਜਾਲ ਜਿਹੜੇ ਨਾ ਤੁਸੀਂ ਉਹਦੀ ਪੈਰਵੀ ਕਰੋ ਤਾਗੂਤ ਦੀ ਤਾਗੂਤ ਜਿਹੜਾ ਸ਼ੈਤਾਨ ਹੈ ਨਾ ਉਹਦੀ ਪੈਰਵੀ ਕਰੋ। ਤੁਸੀਂ ਦੇਖ ਲਓ ਕਿ ਨਬੀ ਅਲੈਹਿ ਸਲਾਮ ਦੀ ਹਦੀਸਾਂ ਬਿਲਕੁਲ ਸੱਚੀਆਂ ਸਾਬਤ ਹੋ ਰਹੀਆਂ ਨੇ ਬਿਲਕੁਲ ਕਿ ਨਬੀ ਅਲੈਹਿ ਸਲਾਮ ਨੇ ਫਰਮਾਇਆ ਕਿ ਮੇਰੀ ਉਮਤ ਚ ਕਜ਼ਾਬ ਤੇ ਦਜਾਲ ਪੈਦਾ ਹੋਣਗੇ
ਉਹ ਤੁਹਾਨੂੰ ਐਸੀਆਂ ਐਸੀਆਂ ਹਦੀਸਾਂ ਸੁਣਾਉਣਗੇ ਤੁਹਾਡੇ ਅੱਬਾ ਅਜਦਾਦ ਨੇ ਵੀ ਨਹੀਂ ਸੁਣੀਆਂ ਹੋਣਗੀਆਂ। ਉਹਨਾਂ ਦੇ ਤੂੰ ਕੀ ਮੁਰਾਦ ਹੈ? ਨਬੀ ਅਲੈਹਿਸਲਾਮ ਦੀ ਮੁਰਾਦ ਹੈ ਵੀ ਕਿ ਉਹ ਹਦੀਸਾਂ ਦੇ ਅੰਦਰ ਤਹਿਰੀਫ ਕਰਨਗੇ, ਉਹਨਾਂ ਦੇ ਅੰਦਰ ਆਪਣੀ ਪੈਂਚਰ ਲਾਣਗੇ, ਉਹਨਾਂ ਦੇ ਅੰਦਰ ਆਪਣੇ ਇੰਜੀਨੀਅਰਿੰਗ ਕਰਨਗੇ, ਇੰਜੀਨੀਅਰਿੰਗ ਕਰਕੇ ਤੇ ਉਮਤ ਨੂੰ ਗੁੰਮਰਾਹ ਕਰਨਗੇ। ਵੇਖ ਲਓ ਤੁਹਾਡੇ ਸਾਹਮਣੇ ਮਿਰਦਾ ਇੰਜੀਨੀਅਰ ਕਦੀ ਕਹਿੰਦਾ ਕਿ ਔਰਲ ਸੈਕਸ ਜਾਇਦ ਹੈ, ਕਦੀ ਕਹਿੰਦਾ ਜਨਾਬ ਨਬੀ ਅਲੈਹਿਸਲਾਮ ਸਲਾਮ ਨੇ ਕਿਹਾ ਕਿ ਗਾਣੇ ਵਾਲੀ ਭੇਜੀਏ ਨਾਲ, ਕਦੀ ਜਨਾਬ ਕੋਈ ਗੱਲ ਨਬੀ ਅਲੈਹਿਸਲਾਮ ਸਲਾਮ ਦੀ ਤਰ੍ਹਾਂ ਝੂਠ ਮਨਸੂਬ ਕਰ ਦਿੰਦਾ। ਐਡਾ ਵੱਡਾ ਬਗੈਰਤ ਆਦਮੀ ਹੈਗਾ ਉਹਦੇ ਜਨਾਬ ਇੰਜੀਨੀਅਰ ਸਾਹਿਬ ਜਿੰਦਾਬਾਦ ਜੀ, ਜੀ ਸਾਹਿਬ ਜਿੰਦਾਬਾਦ। ਫਿਰ ਉਹਨੂੰ ਪੁੱਛਿਆ ਕਿ ਬਈ ਬਾਪ ਕੇ ਬਾਪ ਜਿਹੜਾ ਵੀ ਜੰਨਤ ਦਾ ਦਰਵਾਜ਼ਾ ਵੇ, ਕਹਿੰਦਾ ਨਹੀਂ ਨਹੀਂ ਇਹ ਜਜ਼ਬਾਤੀ ਜੁਮਲਾ ਹੈਗਾ ਵੇ, ਹਦੀਸ ਦੇ ਅੰਦਰ ਨਹੀਂ ਹੈ, ਐਸਾ ਦੀ ਕੋਈ ਗੱਲ ਨਹੀਂ ਹੈ। ਉਹ ਯਾਰ ਕੋਈ ਇੱਕ ਉਹਨੇ ਬਲੰਡਰ ਕੀਤਾ ਹੋਇਆ ਤੇ ਫਿਰ ਨਾ ਯਾਰ ਉਸਮਾਨ ਬਈ ਰੋਣਾ ਰੋਈਏ ਵੀ ਅਸੀਂ, ਇੱਕ ਬਲੰਡਰ ਉਹਨੇ ਕੀਤਾ ਬਲੰਡਰ, ਬਲਕਿ ਕੋਈ ਹੋਰ ਕੋਈ ਹੁੰਦਾ ਨਾ ਇਹਦੇ ਅੰਦਰ ਕੋਈ ਹੋਰ ਵੀ ਐਡ ਹੋ ਸਕਦੀ ਨਾ ਕੋਈ ਚੀਜ਼। ਇੰਗਲਿਸ਼ ਚ ਸਿਰਫ ਐਸ ਐਡ ਕਰੋ ਤੇ ਫਿਰ ਉਹ ਅੱਗੇ ਹੋ ਜਾਂਦਾ ਨਾ, ਉਹ ਜਮਾ ਦਾ ਸੀਗਾ ਬਣ ਜਾਂਦਾ। ਉਹ ਕਈ ਐਸ ਲੱਗੇ ਨੇ ਅੱਗੇ। ਉਹ ਮਿਨੀ ਖੁਦਾ ਦਾ ਜਵਾਬ ਉਹਨੇ ਪਤਾ ਕੀ ਦਿੱਤਾ ਸੀ? ਮਿਨੀ ਖੁਦਾ ਦਾ ਜਵਾਬ ਇਹ ਵੇ ਜੀ, ਦੇਖੋ ਤੁਹਾਡੇ ਵਿੱਚ ਵੀ ਤੇ ਗਲਤੀਆਂ ਹੈ ਨਾ, ਇਹ ਜਵਾਬ ਹੈ। ਤੁਹਾਡੇ ਬਾਬਿਆਂ ਨੇ ਤੇ ਇਹ ਕੀਤਾ ਨਾ, ਤੁਹਾਡੇ ਬਾਬਿਆਂ ਨੇ ਵੀ ਤਾਂ ਉਹ ਕੀਤਾ ਵੇ ਨਾ, ਇਹ ਜਵਾਬ ਹੈਗਾ ਜੀ ਮਿਨੀ ਗਾਡ ਦਾ। ਯਾਨੀ ਉਹ ਕਹਿਣਾ ਚਾਹ ਰਹੇ ਨੇ ਕਿ ਅਗਰ ਮਿਰਜ਼ਾ ਕਾਦੀਆਨੀ ਕੁਫਰ ਕਰਦਾ ਰਿਹਾ ਨਾ, ਤੇ ਸਾਡਾ ਮਿਰਜ਼ਾ ਜੂਨੀਅਰ ਵੀ ਅਗਰ ਕੁਫਰ ਬਗਦਾ ਪਿਆ ਤੇ ਫੇਰ ਕੀ ਹੋਇਆ? ਇਹ ਜਵਾਬ ਜੀ ਜਨਾਬ, ਇਹ ਜੀ ਇੰਜੀਨੀਅਰਿੰਗ ਜਿਹੜਾ ਵੇ ਨਾ ਹਦੀਸਾਂ ਦੇ ਨਾਲ ਤੇ ਕੁਰਾਨ ਦੇ ਨਾਲ ਇੰਜੀਨੀਅਰਿੰਗ। ਉਸਮਾਨ ਭਾਈ ਤੇ ਅਸ ਭਾਈ ਮਸਲਾ ਪਤਾ ਕੀ ਹੈ? ਜਿਹੜੀ ਜਨਾਨੀ ਹੁੰਦੀ ਨਾ ਜਨਾਨੀ, ਉਹ ਹਮੇਸ਼ਾ ਮਿਹਣੇ ਮਾਰਦੀ ਹੈ ਤੇਰਾ ਫਲਾਂ ਇੰਜ ਤੇ ਤੇਰਾ ਫਲਾਂ ਇੰਜ, ਉਹ ਕਦੀ ਸਿੱਧੀ ਗੱਲ ਨਹੀਂ ਕਰੇਗੀ ਕਿਉਂਕਿ ਉਹਦੇ ਪੱਲੇ ਕੁਛ ਨਹੀਂ ਨਾ ਹੁੰਦਾ। ਉਹ ਤੇਰੇ ਹੁੰਦੇ ਨੇ ਵੀ ਤੇ ਇੰਜ ਕੀਤਾ, ਤੇਰੇ ਫਲਾਂ ਨੇ ਵੀ ਤੇ ਇੰਜ ਕੀਤਾ, ਉਹ ਇੰਜ ਕਰਦੇ ਨੇ। ਫਿਰ ਜੀ ਇਹ ਸਾਇਲੈਂਟ ਸਾਹਿਬ ਆਪ ਕਹਿ ਰਹੇ ਬਾਰ ਬਾਰ ਕਬਰੋਂ ਕੇ ਪੁਜਾਰੀ, ਪੁਜਾਰੀ ਪੂਜਾ ਹੋਤੀ ਕਿਆ ਵੈਸੇ? ਡਿਟੇਲ ਮੇਂ ਥੋੜਾ ਸਾ ਉਸਕੋ ਲੈ ਲੈਣਾ। ਉਹ ਸੈਮ ਉੱਪਰ ਆ ਜਾ, ਨੀਚੇ ਕਿਆ ਟਿਪ ਟਿਪ ਕਰ ਰਿਹਾ ਹੈ ਮੁਲਹਿਦ ਰਾਫਜ਼ੀ? ਉੱਪਰ ਆ ਜਾ, ਉੱਪਰ ਆ ਕੇ ਬਾਤ ਕਰਨਾ। ਅੱਛਾ ਉਹ ਨੀਚੇ ਉਹ ਜੋ ਹੈ ਪਿਲਰ, ਕਿਆ ਨਾਮ ਥਾ ਉਸਕਾ? ਸਾਇਲੈਂਟ, ਹਾਂ ਸਾਇਲੈਂਟ, ਉੱਪਰ ਆ ਕੇ ਬਾਤ ਕਰ ਲਓ ਯਾਰ, ਕਿਆ ਮਸਲਾ ਹੈ? ਕੋਈ ਡਰ ਹੈ ਤੁਮੇ ਹਮਸੇ? وہ بھی کہتے ہیں جی ان کے اخلاق نہیں اچھے، ان کے اخلاق نہیں اچھے، وہ بس جواب نہیں ہے نا تو یہ کہہ دو کہ بھائی ان کے اخلاق نہیں اچھے۔ وہ جس کو مانتے ہیں اس کے اخلاق ٹھیک ہیں، وہ کہتا ہے کہ اتنے اتنے معاذ اللہ شیخ الحدیث، یعنی کہ اتنے گلی میں کتے نہیں ہیں معاذ اللہ جتنے شیخ الحدیث ہیں پاکستان میں۔ جی یہ صحیح ہے اخلاق؟ اور وہ کہتا ہے کہ اسلام میں عقیدہ توحید کے بعد مجھے سیکس ڈسپلن پسند ہے، یہ اخلاق صحیح ہے؟ یہ اخلاق کی نبوت ہے جی میرے پاس معاذ اللہ۔ بھائی آپ سارے بریلوی ہیں تو بریلوی کے جتنے بھی کام ڈالے ہوئے بڑے بڑے آپ جا کے دیکھیں، قبروں سے مانگنے کی ویڈیوز موجود ہیں باقاعدہ، آپ سب کی دیکھیں نا جا کے اپنے بڑوں کی، ان کے نقص نکالے نا یہاں پہ لگائیں گے۔ یہ میں ایک حدیث لگانے لگا ہوں، یہ ہم نے نہیں پڑھنی، تم نے پڑھ کے سنانی ہے، ٹھیک ہے جی؟ ہم نے نہیں پڑھنی، تم نے پڑھ کے سنانی ہے، آگے آگے کی بات ہم بعد میں کریں گے۔ چلو جی، مرزا انجینئر کا اسٹوڈنٹ جو ہے نا وہ حدیث پڑھنے لگا ہے۔ لوگ جڑے دنیا تو وفات پا گئے نے، ٹھیک ہے انہاں دین دی خدمت کیتی، انہاں دا معاملہ اللہ دی چلی یار، منگنا شروع کر دے، پڑھ کے سنا، صبر بھی کر، پڑھ کے سنا، تے پوجا نہیں تے اور کی ہے؟ اچھا پڑھ کے سنا یار، پڑھ کے سنا دے بس۔ ہلے اے حدیث ہے بھائی، میرا نیٹ سلو ہے گا، میرے کو نہیں، میں تو پڑھنا نہیں آتا، پڑھ کے سنا، نیٹ بھی سلو، دماغ بھی سلو ہے، اے پڑھ کے سنا۔ ਤੁਸੀਂ ਸਾਰੇ ਬੇਵਕੂਫ ਬਣੇ ਹੋਏ ਹੋ ਤੁਸੀਂ ਅਗਲੇ ਨੂੰ ਜਾਹਿਲਾ ਪੜ੍ਹ ਕੇ ਸੁਣਾ ਦੇ ਹਦੀਸ ਨੂੰ ਮਿਊਟ ਕਰਨਾ ਪੈ ਰਿਹਾ ਤੈਨੂੰ, ਤੇਰਾ ਨੈਟ ਸਲੋ, ਤੈਨੂੰ ਇਹ ਨਜ਼ਰ ਤੇ ਆ ਰਹੀ ਹੈ ਨਾ ਤਸਵੀਰ,
ਮੇਰੀ ਵੀਡੀਓ ਤੇ ਨਜ਼ਰ ਆ ਰਹੀ ਹੈ ਤੇਰੇ ਸਿਗਨਲ ਤੇਰੇ ਵੀਕ ਹੁੰਦੇ ਨਾ ਤੇ ਸਾਨੂੰ ਪਤਾ ਚੱਲ ਜਾਣਾ ਸੀ ਤੇਰੇ ਸਿਗਨਲ ਵੀਕ ਹੈ ਇੱਥੇ ਆਪਸ਼ਨ ਆ ਜਾਂਦਾ ਹੈ ਇਸ ਟਾਈਮ ਬਿਲਕੁਲ ਸਹੀ ਚੱਲ ਰਿਹਾ ਤੂੰ ਝੂਠ ਬੋਲ ਰਿਹਾ ਮਿਰਜ਼ਾ ਜੀ ਨੇ ਨਬੀ ਜਿਹੜਾ ਹੈ ਨਾ ਤੂੰ ਉਹਦਾ ਦਿਫਾ ਕਰਨ ਵਾਸਤੇ ਝੂਠ ਬੋਲ ਰਿਹਾ ਤੂੰ ਤਕੀਆਬਾਜ਼ੀ ਕਰਨਾ ਚੱਲ ਮੈਂ ਮਿਰਜ਼ਾ ਇੰਜੀਨੀਅਰ ਦਾ ਸਿਰਫ ਇੱਕ ਗੱਲ ਦੀ ਵਜ੍ਹਾ ਤੋਂ ਦਿਫਾ ਕਰਦਾ ਕਿ ਉਹ ਬਾਬਿਆਂ ਦੇ ਖਿਲਾਫ ਹੈਗਾ ਉਹ ਉਹਨਾਂ ਬਾਬਿਆਂ ਦੇ ਖਿਲਾਫ ਹੈ ਇਹ ਹਦੀਸ ਪੜ੍ਹ ਕੇ ਸੁਣਾਣਾ ਕਿ ਥੱਲੇ ਭੇਜਾ ਤੈਨੂੰ ਮੈਂ ਕਿ ਸੁੱਟਾ ਤੈਨੂੰ ਮੈਂ ਥੱਲੇ ਤੂੰ ਪੜ੍ਹ ਦੇ ਤੂੰ ਥੱਥਾ ਹੈਗਾ ਤੂੰ ਪੜ੍ਹ ਕੇ ਸੁਣਾ ਦੇ ਕੀ ਲਿਖਿਆ ਮੈਂ ਨਹੀਂ ਪੜ੍ਹਨੀ ਮੈਂ ਤੇਰੇ ਕੋ ਪੜ੍ਹਾਣੀ ਬਰੀਕ ਲਿਖਿਆ ਨਾ ਮੋਬਾਈਲ 'ਤੇ ਨਹੀਂ ਨਜ਼ਰ ਆ ਰਿਹਾ ਤੂੰ ਪੜ੍ਹ ਕੇ ਦੱਸ ਦੇ ਮੈਨੂੰ ਮੈਂ ਹੁਣ ਪੜ੍ਹ ਚੱਲ ਹੁਣ ਪੜ੍ਹ ਐਲਾ ਉੱਤੋਂ ਪੜ੍ਹਨੀ ਸ਼ੁਰੂ ਕਰ ਐਲਾ ਹਦਸਨਾ ਅਬੂ ਮੁਆਵਿਆ ਪੜ੍ਹ ਹਦਸਨਾ ਅਬੂ ਮੁਆਵਿਆ ਤਾਂ ਯਾਰ ਤੂੰ ਅਨਿਲ ਆਮਿਸ਼ ਹਾਂ ਪੜ੍ਹ ਪੜ੍ਹ ਕੇ ਸੁਣਾ ਦੇ ਨਾ ਉਰਦੂ ਦੇ ਵਿੱਚ ਤੂੰ ਥੱਥਾ ਥੋੜੀ ਹੈਗਾ ਪੜ੍ਹ ਕੇ ਸੁਣਾ ਮੈਨੂੰ ਪਤਾ ਲੱਗੇ ਨਾ ਮੈਨੂੰ ਨਹੀਂ ਨਜ਼ਰ ਆ ਰਿਹਾ ਉਰਦੂ ਪੜ੍ਹ ਦੇਣਾ ਅੱਧੀ ਇਬਾਰਤ ਨਜ਼ਰ ਆ ਰਹੀ ਅੱਧੀ ਨਹੀਂ ਨਜ਼ਰ ਆ ਰਹੀ ਯਾਰ ਮੈਂ ਉਹ ਤੈਨੂੰ ਇੱਧਰ ਲੈ ਜਾਵਾਂਗਾ ਨਾ ਮੈਂ ਤੈਨੂੰ ਇੰਜ ਇੰਜ ਕਰਕੇ ਮੈਂ ਤੈਨੂੰ ਘੁਮਾਵਾਂਗਾ ਤੂੰ ਐ ਪੜ੍ਹ ਕੇ ਸੁਣਾ ਦੇ ਅੱਛਾ ਅਰਬੀ ਤੂੰ ਪੜ੍ਹ ਦੇ ਉਰਦੂ ਮੈਂ ਪੜ੍ਹ ਦੇਣਾ ਸਹੀ ਹੋ ਘੁਮਾਵਾਂਗਾ ਯਾਰ ਸਾਡਾ ਇਗਜ਼ਾਮ ਪਤਾ ਕਿੱਥੇ ਹੈਗਾ ਸਾਜ ਜੀ ਗੱਲ ਸੁਣੋ ਮੇਰੀ ਉਹ ਸੁਣਾ ਦੇ ਜਿਹੜੇ ਸਾਤ ਕਬਰ ਦਾ ਮੁਸਤਫਾਈ ਤੇ ਜਿਹੜੇ ਢਾਡੇ ਆ ਜਿਹੜੇ ਚੀਕਾਂ ਮਾਰਦੇ ਨੇ ਮਿੰਬਰਾਂ ਤੇ ਚੜ ਗਏ ਉੱਚੀ ਉੱਚੀ ਉਹ ਸਪੀਕਰ ਵੀ ਉਹਨਾਂ ਦੇ ਬਹੁਤ ਵੱਡੇ ਰੱਖੇ ਹੁੰਦੇ ਮਰਜ਼ਈ ਤੂੰ ਪਾਣੀਆਂ ਖੱਪ ਮਰਜ਼ਈ ਤੂੰ ਪਾਣੀਆਂ ਖੱਪ ਤੂੰ ਹਦੀਸ ਨਹੀਂ ਨਬੀ ਦੀ ਹਦੀਸ ਨਹੀਂ ਪੜ੍ਹਨੀ ਤੂੰ ਐ ਸਾਨੂੰ ਪਤਾ ਹੈ ਤੂੰ ਨਬੀ ਦੇ ਸਾਹਬਾਂ ਦੀ ਹਦੀਸ ਨਹੀਂ ਪੜ੍ਹਨੀ ਤੈਨੂੰ ਨਬੀ ਦੀ ਹਦੀਸ ਵੀ ਇੱਥੇ ਲਾ ਦੇਣੀ ਹੈ ਸੱਲੱਲਾਹੁ ਅਲੈਹਿ ਵਸੱਲਮ ਉਹਨਾਂ ਦੀ ਹਦੀਸ ਵੀ ਲਾ ਦੇਣੀ ਤੂੰ ਉਹ ਵੀ ਨਹੀਂ ਪੜ੍ਹ ਸਕਦਾ ਤੇ ਤੈਨੂੰ ਐ ਸਾਹਬਾਂ ਦੀ ਹਦੀਸ ਵੀ ਤੈਨੂੰ ਲਗਾ ਕੇ ਦੇਤੀ ਤੇ ਤੂੰ ਉਹ ਵੀ ਨਹੀਂ ਪੜ੍ਹ ਸਕਣਾ ਪੜ੍ਹ ਅੱਛਾ ਇੱਕ ਮਿੰਟ ਲਾ ਜ਼ਰਾ ਕੀ ਲਿਖਿਆ ਇੱਧਰ ਸਾਈਡ ਤੇ ਕਰ ਪੜ੍ਹ ਪੜ੍ਹ ਕੀ ਲਿਖਿਆ ਹਦਸਨ ਅਬੂ ਮਾਲਿਕ ਹਜ਼ਰਤ ਮਾਲਿਕ ਅਲਦਾਰ ਹਜ਼ਰਤ ਉਮਰ ਅੱਗੇ ਅੱਗੇ ਜਾਂਦੇ ਅਰਬੀ ਪੜ੍ਹ ਅਰਬੀ ਪੜ੍ਹ ਯਾਰ ਜਿਹੜੀ ਮੈਂ ਜ਼ੁਬਾਨ ਸਮਝਦਾ ਤੂੰ ਉਹ ਪੜ੍ਹ ਕੇ ਮੈਨੂੰ ਦੱਸ ਦੇ ਉਰਦੂ ਦੇ ਵਿੱਚ ਤੂੰ ਲਹਿਦਾ ਖੱਚਾ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਚਲ ਮਰਜ਼ਈਆ ਤੁਹਾਨੂੰ ਪਤਾ ਲੱਗ ਗਿਆ ਤੁਸੀਂ ਇਲਮੀ ਕਿਤਾਬ ਮੈਂ ਮਰਜ਼ਈ ਤੇ ਲਾਂਦ ਭੇਜਦਾ ਮੈਂ ਕਾਦਿਆਂ ਦੀ ਥੋੜੀ ਅੱਲਾ ਮਾਫ ਕਰੇ ਮੈਂ ਮੁਸਲਮਾਨ ਨਹੀਂ ਮੰਨਦਾ ਤੇ ਮੈਂ ਬਾਬਿਆਂ ਨੂੰ ਨਹੀਂ ਮੰਨਦਾ ਉਹ ਚੱਲ ਪੜ ਤੁਹਾਨੂੰ ਸਿਰਫ ਆਗ ਇੱਥੋਂ ਲੱਗਦੀ ਅਸੀਂ ਬਾਬਿਆਂ ਨੂੰ ਨਹੀਂ ਮੰਨਦੇ ਕਬਰਾਂ ਤੇ ਬਜਾਵਰ ਬਣੀ ਅਸੀਂ ਕਿਉਂ ਨਹੀਂ ਨੂੰ ਪੜਨੀ ਆ ਤੇ ਬਾਬਾ ਬਾਬਾ ਨਾ ਕਰ ਮਰਜ਼ਈਆ ਪੜ ਇੱਥੇ ਹਦੀਸ ਪੜ ਤੂੰ ਪੜ ਕੇ ਸੁਣਾ ਦੇ ਤੂੰ ਥੱਥਾ ਥੋੜੀ ਮੈਨੂੰ ਪੜ ਕੇ ਦੱਸ ਨਾ ਕੀ ਲਿਖਿਆ ਮੈਂ ਤੈਨੂੰ ਅੱਗੋਂ ਜਵਾਬ ਦਵਾਂ ਫਿਰ ਹੁਣ ਤੇ ਤੈਨੂੰ ਮੈਂ ਉਰਦੂ ਕਹਿਤਾ ਤੇ ਜਿੰਨੇ ਬਜ਼ੁਰਗਾਂ ਨੇ ਦੀਨ ਹੈ ਉਹਨਾਂ ਨੇ ਜਿਹੜੇ ਜਿਹੜੇ ਵੱਡੇ ਕੰਮ ਪਾਏ ਤੁਸੀਂ ਦੱਸੋ ਨਾ ਉਹਨਾਂ ਦੀਆਂ ਗਲਤੀਆਂ ਦੱਸੋ ਨਾ ਉਹਨਾਂ ਦੀਆਂ ਉਹ ਖੰਜ਼ੀਰ ਕੇ ਬੱਚੇ ਨੀਚੇ ਚਲਾ ਜਾ ਖੰਜ਼ੀਰ ਕੇ ਬੱਚੇ ਤੂੰ ਹੀ ਤੁਮ ਲੋਗ ਔਕਾਤ ਹੀ ਨਹੀਂ ਹੈ ਤੁਮ ਲੋਗੋ ਕੀ ਕਿ ਤੁਮ ਲੋਗ ਨਬੀ ਕੀ ਹਦੀਸ ਜਾਂ ਸਾਹਬਾ ਕੀ ਹਦੀਸ ਪੜ੍ਹ ਲਓ ਖੰਜ਼ੀਰ ਕੇ ਬੱਚੋ ਤੁਮ ਐਸੇ ਖੰਜ਼ੀਰ ਕੇ ਬੱਚੇ ਹੋ ਕਿ ਬਕਵਾਸ ਕਰੋਗੇ ਬਜ਼ੁਰਗਾਂ ਨੇ ਦੀਨ ਕੇ ਉੱਪਰ ਉਸਮਾਨ ਭਾਈ ਇਸ ਤਰ੍ਹਾਂ ਦੇ ਇੱਕ ਮਿੰਟ ਯਾਰ ਤੁਹਾਰੀ ਮਾਓ ਨੇ ਵਾਕਈ ਉਹ ਮਜ਼ਾ ਲੇਤੇ ਹੋਵੇ ਤੁਝੇ ਨਿਕਾਲ ਦਿਆ ਥਾ ਆਪਣੀ ਵੋ ਉਸ ਰਾਹ ਸੇ ਉਹ ਤੁਮ ਵਾਕਈ ਮਜ਼ੇ ਲੇਤੇ ਹੋਵੇ ਤੁਹਾਰੇ ਮਾਂ ਬਾਪ ਨੇ ਜਮ ਲਿਆ ਤਭੀ ਮਿਰਜ਼ਾ ਜੀ ਨੇ ਕਹਿਤਾ ਤੁਹਾਰੀ ਮਾਏ ਤੋਂ ਸ਼ਾਇ ਕੋਈ ਨਹੀਂ ਤੁਮ ਹਲਾਲੀ ਹੋ ਹੀ ਨਹੀਂ ਹਦੀਸ ਸਾਹਮਣੇ ਲੱਗੀ ਹੈ ਉਸਨੇ 40 ਵਾਰ ਬਜ਼ੁਰਗਾਂ ਨੇ ਦੀਨ ਕੇ ਉੱਪਰ ਬਕਵਾਸ ਕਰਦੀ ਹੈ ਲੇਕਿਨ ਨਹੀਂ ਪੜ੍ਹੀ ਉਸਨੇ ਤੁਮ ਵੋ ਜਹੰਨਮ ਕੇ ਕੁੱਤੇ ਹੋ ਕਿ ਨਬੀ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ ਥਾ ਖਵਾਰਿਜ ਜੋ ਹੈ ਯੇ ਐਸੇ ਨਿਕਲਤੇ ਰਾਹ ਕਰੇਂਗੇ ਕਿਆਮਤ ਤੱਕ ਯੇ ਨਿਕਲੇਂਗੇ ਤੁਮ ਵੋ ਖਵਾਰਿਜ ਹੋ ਕਿ ਕਿਆਮਤ ਤੱਕ ਤੁਮ ਖੰਜ਼ੀਰ ਕੇ ਬੱਚੇ ਨਿਕਲਤੇ ਰਹੇਂਗੇ ਔਰ ਤੁਮ ਲੋਕ ਭੌਂਕਤੇ ਰਹੋਗੇ ਤੁਹਾਰੀ ਮਾਂ ਜੋ ਹੈ ਵੋ ਮੁਤਾ ਕੀ ਪੈਦਾਇਸ਼ ਜੋ ਹੈ ਨਾ ਤੁਹਾਰੀ ਮਾਂ ਜੋ ਹੈ ਵੋ ਮੁਤਾ ਕਰਵਾਤੀ ਮਰ ਗਈ ਤੁਹਾਰੀ ਦਾਦੀਆਂ ਮੁਤਾ ਕਰਵਾਤੀ ਮਰ ਗਈ ਔਰ ਤੁਮ ਲੋਗੋ ਨੇ ਜਾਹਿਲੋ ਨੇ ਇੱਕ ਜਾਹਿਲ ਇਮਾਮ ਕੋ ਮੰਨ ਲਿਆ ਵੋ ਹੈ ਮਿਰਜ਼ਾ ਇੰਜੀਨੀਅਰ ਜਿਸਕੋ ਤੁਮ ਲੋਗੋ ਨੇ ਨਬੀ ਮਾਨਾ ਹੋਇਆ ਉਸਕੋ ਨਬੀ ਮਾਨ ਕੇ ਬੈਠ ਗਏ ਹੋ ਔਰ ਅਬ ਤੁਹਾਰੇ ਆਗੇ ਨਬੀ ਕੀ ਹਦੀਸ ਆ ਜੇ ਤੁਮ ਲੋਗੋ ਕੇ ਸ਼ੈਤਾਨ ਜੋ ਹੈ ਨਾ ਵੋ ਤੁਹਾਰੀ ਆਂਖੋ ਮੇ ਪਿਸ਼ਾਬ ਕਰ ਦਿੱਤਾ ਟੱਟੀ ਕਰ ਦਿੱਤਾ ਹੈ ਤੁਹਾਰੀ ਆਂਖੋ ਮੇ ਸ਼ੈਤਾਨ ਨਬੀ ਕੀ ਹਦੀਸ ਦੇਖ ਕੇ ਕੁਰਾਨ ਕੀ ਆਯਾਤ ਦੇਖ ਕੇ ਸਹਾਬਾ ਕੀ ਰਵਾਇਤ ਸਹਾਬਾ ਕੀ ਹਦੀਸ ਦੇਖ ਕਰ ਤੁਹਾਰੇ ਸ਼ੈਤਾਨ ਜੋ ਹੈ ਨਾ ਵੋ ਤੁਹਾਰੇ ਮੂੰਹ ਮੇ ਟੱਟੀ ਕਰ ਦਿੱਤਾ ਕਿ ਪੜ੍ਹ ਨਾ ਸਕੋ ਤੁਮ ਬਾਗ ਜਾ ਇੱਧਰ ਸੇ ਇੱਕ ਬਾਤ ਉਹ ਇੱਧਰ ਸੇ ਹਦੀਸ ਪੜ੍ਹ ਕੇ ਤੂੰ ਜੋ ਫਤਵਾ ਲਗਾਇਆ ਨਾ ਕਬਰ ਪ੍ਰਸਤੀ ਕਾ ਇਹ ਸਾਰੇ ਕੇ ਸਾਰੇ ਸਹਾਬਾ ਕਬਰ ਪ੍ਰਸਤ ਹੋ ਜਾਣੇ ਥੇ ਅਭੀ ਮਾਜ਼ ਅੱਲਾ ਸਭ ਕਾ ਸਭ ਕੇ ਉੱਪਰ ਤੁਹਾਰਾ ਫਤਵਾ ਚਲੇ ਜਾਣਾ ਥਾ ਔਰ ਮੂੰਹ ਸੇ ਤੁਹਾਰੇ ਕਿਆ ਨਿਕਲਣਾ ਥਾ ਯਹੀ ਬਾਬੇ 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 ਯੇ ਤੋ ਸਹਾਬਾ ਹੈ ਲੱਖ ਦੀ ਲਾਨਤ ਤੁਹਾਰੇ ਉੱਪਰ ਯਕੀਨ ਕਰੋ
कि मैं कहता हूँ ऐसा दौर जो है ना, वो मैं कहता हूँ बड़े बड़े मरजई जो है ना वो हमने देखे हैं वो पलट आए हैं, या ऐसे भी थे कि जिनमें बड़ी शिद्दत थी लेकिन अल्हम्दुलिल्लाह वो पलट आए, लेकिन ये खंजीर राफजी जो है ना ये नहीं पलट सकते। ये जो राफजी खंजीर है ना मुता की पैदाइश वाले और मुलहदीन, ये नहीं पलटेंगे बस। जी आसफ भाई। हाँ भाई, मज़े की बात देखें कि मिर्ज़ा कादियानी जो था ना उसके ऊपर भी ईमान लाने वाले सबसे ज़्यादा जो जो मकतबा फ़िक्र वाले जो लोग थे ना वो गैर मुकल्लद वाबी थे सबसे ज़्यादा। तो आज भी आप देख लें कि ये बंदा भी ज़ुबान से तो यही इकरार कर रहा था कि मैं वाबी हूँ, और नज़रिए जितने भी पेश कर रहा है, जितने भी अकवाल पेश कर रहा है, इतराज़ात पेश कर रहा है, वो सारे मिर्ज़ा इंजीनियर वाले पेश कर रहे सलाम की मिसाल कायम है, ये देख लें आप आपके सामने। अच्छा जी। और आज भी आप देख लें, आज भी मिर्ज़ा इंजीनियर के साथ जितने लोग अटैच हैं वो ज्यादातर लोग वही हैं जिन्होंने अपने बड़ों से यही सुना है बाबे 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 मुशरिक 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 तोहीद तोहीद तोहीद। आज भी देख लें वो मिर्ज़ा इंजीनियर के साथ जो लोग अटैच हैं वो सारे वही तबका है वो वाला। आसिफ भाई, अहले हदीस भी करामतों को मानते हैं, बहुत कम इनमें मुतशद्दद हैं, और मुझे लगता है वही है जो इसको मानने वाले, वरना वो इफ्राहिम भाई आते हैं कितने मुहज्जब अंदाज से कुरान और हदीस से बात करते हैं, करामतों को वो तस्लीम करते हैं, मानते हैं मौजज़ात को, मानते हैं बुजुर्गान दीन की, वो अहले हदीस हैं, लेकिन उनमें नहीं है ऐसी बात। जो सियालकोट से इसका था वो एक इसका मुरीद, क्या नाम था उसका, मिर्ज़ा कादियानी का, सियालकोट से वो जो जिसने अरबी बारतेस की लिखी है, अब्दुल करीम सियालकोटी, अब्दुल करीम सियालकोटी। अब वो भाभी नहीं था वो? जी बिल्कुल। तो ये कौन था, ये जिन्होंने इसको खड़ा किया था, मोहम्मद हसन बटालवी था उसका खलीफा पहला भाभी था, भाभी था वो नूरदीन जो है, नूरदीन उसने खुद लिखा है, उसने सीरतुल मेहंदी के अंदर वो वाला मौजूद है वो, और सीरतुल मेहंदी का वाला या मक्तूबात अहमद का वाला, ये वाला सीरतुल गबी का, सीरतुल गबी का। तो बात करने का मकसद ये है कि यार ये जो लोग बच्चे हैं ना, ये वाले गैर मुकल्लदों के बच्चे हैं या देवबंदियों के जो बच्चे हैं ना, ये अपना थोड़ा सा ना अकल को हाथ मारे, ये आप लोगों को तौहीद के चक्कर में जो है ना ये बर्बाद कर रहा है, आपकी आकबत को खराब कर रहा है, ये आपके ईमानों पे डाके डाल रहा है, ये हर किस्म की गुमराही आपके अंदर फैला रहा है, हर किस्म की तौहीद के नाम पे, नाम तौहीद का ले रहा है लेकिन तौहीद के अलावा जो गुमराह को ना कह दिया आपके अंदर, ये जो 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 इसने आपके यानी कि ये जो आपको ये सिखा रहे हैं ना, वो आपको दीन इस्लाम से खारिज कर देते हैं वो अकायद। आसफ भाई, अगर तो जहमत ना हो, तकलीफ ना हो, तो वो वीडियो सुना दे जिसमें कहता है कि खुदा बेटा बनाएगा तो मखलूक होगा, ये वो सुना दे। वो मैंने सबको मैंने आज सेंड कर दिया, वो ना इनको भी सेंड कर दिया है, क्या नाम है अपने जो हमारे भाई हैं ये कासिम भाई, भी सुना देता हूँ आपको मैं।